ਸ਼ਬਦ ਤੈ ਨਰ ਕਿਆ ਪੁਰਾਨ ਸੁਣ ਕੀ ਨਾ। ਲਫਜ਼ੀ ਅਰਥ ਫਿਰ ਆਪਾਂ ਕਰ ਲਿਆ, ਤੈ ਦਾ ਅਰਥ ਹੈ ਤੂੰ, ਨਰ ਦਾ ਅਰਥ ਆਪਾਂ ਜਾਣਿਆ ਮਨੁੱਖ, ਪਰ ਇੱਥੇ ਇੱਕ ਬੇਨਤੀ ਹੈ ਕਿਉਂਕਿ ਸੰਗਤ ਵਿੱਚ ਅਸੀਂ ਵੇਖਦੇ ਹਾਂ ਮਾਲਕ ਦੀ ਕਿਰਪਾ ਨਾਲ ਮੇਲ ਫੀਮੇਲ ਨਰ ਮਾਦਾ ਇਉਂ ਸ਼ਬਦ ਵਰਤੋਂ, ਇਸਤਰੀਆਂ ਪੁਰਸ਼ ਬੈਠੇ ਹੁੰਦੇ ਆ, ਪਰ ਕਦੀ ਬਾਣੀ ਦੇ ਅਰਥ ਇਸ ਤਰ੍ਹਾਂ ਨਹੀਂ ਕਰਨਾ ਵੀ ਇਹ ਨਰ ਨੂੰ ਕਿਹਾ, ਇਹ ਪੁਰਸ਼ਾਂ ਨੂੰ ਕਿਹਾ, ਬੀਬੀਆਂ ਵਾਸਤੇ ਨਹੀਂ। ਇਹ ਤਾਂ ਗੁਰੂ ਗ੍ਰੰਥ ਸਾਹਿਬ ਦੀ ਦੇਖੋ ਕੈਸੇ ਕਮਾਲ ਦੀ ਇਹ ਬਖਸ਼ਿਸ਼ ਹੈ। ਇੱਥੇ ਸਤਿਗੁਰੂ ਮਨੁੱਖ ਨੂੰ ਜਦੋਂ ਸੰਬੋਧਨ ਕਰਦੇ ਨੇ, ਮਨੁੱਖ ਦੇ ਵਿੱਚ ਮਰਦ ਵੀ ਹੈ ਅਤੇ ਇਸਤਰੀ ਵੀ ਹੈ, ਜਿਵੇਂ ਅਸੀਂ ਪਾਠ ਕਰਦੇ ਹਾਂ ਭਈ ਪ੍ਰਾਪਤ ਮਾਨੁੱਖ ਦੇ ਖੁਰੀਆ। ਇਹ ਥੋੜ੍ਹਾ ਕਹਿੰਦੇ ਹਾਂ ਵੀ ਇਹ ਇਕੱਲੇ ਪੁਰਸ਼ਾਂ ਵਾਸਤੇ ਹੈ, ਇਹ ਬਚਨ ਇਸਤਰੀਆਂ ਵਾਸਤੇ ਵੀ ਹੈ। ਜਦੋਂ ਅਸੀਂ ਪਾਠ ਕਰਨੇ ਜਪਜੀ ਸਾਹਿਬ ਵਿੱਚ ਭਰੀਐ ਹੱਥ ਪੈਰ ਤਨ ਦੇਹ, ਦੇਖੋ ਉੱਥੇ ਤਨ ਵੀ ਹੈ ਅਤੇ ਦੇਹ ਵੀ ਹੈ, ਦੋਨੋਂ ਸ਼ਬਦ ਨੇ। ਮੇਰੇ ਕਹਿਣ ਤੋਂ ਮੁਰਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜੋ ਉਪਦੇਸ਼ ਹੈ ਉਹ ਇਸਤਰੀ ਔਰ ਪੁਰਸ਼ ਵਾਸਤੇ ਸਾਂਝਾ ਹੈ। ਇੱਥੇ ਸਤਿਗੁਰਾਂ ਨੇ ਕਿਹਾ ਵੀ ਤੈ ਨਰ ਇਹ ਇਨਸਾਨ ਤੂੰ ਕੀ ਕੀਤਾ ਪੁਰਾਣ ਸੁਣ ਕੇ। ਪੁਰਾਣ ਮੈਂ ਕੱਲ੍ਹ ਅਰਜ਼ ਕੀਤੀ ਸੀ ਹਿੰਦੂ ਮਤ ਦੇ 18 ਗ੍ਰੰਥ ਨੇ, 18 ਪੁਰਾਣ ਨੇ, ਉਹਨਾਂ ਪੁਰਾਣਾਂ ਦੇ ਵਿੱਚ ਜ਼ਿਆਦਾਤਰ ਸਾਖੀ ਨੇ। ਅਤੇ ਇਹ ਵੀ ਮੈਂ ਬੇਨਤੀ ਕਰਾਂ, ਕਈ ਪੁਰਾਣ ਬਹੁਤ ਵੱਡੇ ਨੇ ਜੀ, ਕਈ ਬਿਲਕੁਲ ਛੋਟੇ ਛੋਟੇ ਆਕਾਰ ਦੇ ਗ੍ਰੰਥ ਨੇ। ਅਤੇ ਆਪ ਜੀ ਨੂੰ ਸਿਰਫ ਇੱਕ ਬੇਨਤੀ ਲਈ ਵੀ ਕੱਲ੍ਹ ਮੈਂ ਕਿਹਾ ਕਿਸੇ ਦੇ ਧਰਮ ਗ੍ਰੰਥ ਨੂੰ ਨਿੰਦ ਕੇ ਆਪਣੀ ਵਡਿਆਈ ਨਹੀਂ ਹੁੰਦੀ। ਉਸ ਵਿੱਚ ਕੀ ਹੈ, ਜਿਹੜੀਆਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਉਦਾਹਰਨਾਂ ਲੈਂਦੇ ਹਾਂ ਭਗਤਾਂ ਦੀਆਂ, ਉਹ ਸਾਰੀਆਂ ਪੁਰਾਣਾਂ ਦੇ ਵਿੱਚ ਆਉਂਦੀਆਂ ਨੇ। ਹੁਣ ਜਿਵੇਂ ਗੱਜ ਦੀ ਉਦਾਹਰਨ ਹੈ, ਉਹ ਵੀ ਪੁਰਾਣ ਵਿੱਚੋਂ ਹੈ। ਅਜਾਮਲ ਦੀ ਉਦਾਹਰਨ, ਉਹ ਵੀ ਪੁਰਾਣ ਵਿੱਚੋਂ ਹੈ। ਗਨਕਾ ਦੀ ਉਦਾਹਰਨ, ਉਹ ਵੀ ਪੁਰਾਣ ਵਿੱਚੋਂ ਹੈ। ਮੇਰੇ ਕਹਿਣ ਤੋਂ ਮੁਰਾਦ ਧਰੂ ਦੀ, ਪ੍ਰਹਿਲਾਦ ਜੀ ਦੀ, ਇਹ ਸਾਰੀਆਂ ਜਿਹੜੀਆਂ ਪ੍ਰੇਮਾ ਭਗਤੀ ਵਾਲੀਆਂ ਗਾਥਾਵਾਂ ਨੇ, ਇਹ ਸਾਰੀਆਂ ਪੁਰਾਣਾਂ ਵਿੱਚੋਂ ਆਉਂਦੀਆਂ ਨੇ। ਇੱਥੇ ਸਤਿਗੁਰੂ ਜੀ ਨੇ ਬੜੀ ਬਰੀਕ ਜਿਹੜੀ ਗੱਲ ਕਹੀ, ਇਹਦਾ ਮਤਲਬ ਇਨਸਾਨ ਜਿਹੜਾ ਉਹ ਪੁਰਾਣ ਸੁਣ ਰਿਹਾ। ਇਹ ਸ਼ਬਦ ਉਹਦੇ ਲਈ ਨਹੀਂ ਕਿ ਜਿਹੜਾ ਬੰਦਾ ਵਾਸ਼ਨਾ 'ਚ ਲੁਪਤ ਹੈ, ਇਹ ਉਹਦੇ ਵਾਸਤੇ ਸ਼ਬਦ ਹੈ ਜਿਹੜਾ ਕਈ ਸਾਲਾਂ ਤੋਂ ਪੁਰਾਣ ਸੁਣ ਰਿਹਾ, ਧਰਮ ਗ੍ਰੰਥ ਸੁਣ ਰਿਹਾ, ਪੜ੍ਹ ਰਿਹਾ, ਬੋਲ ਰਿਹਾ, ਸੁਣਾ ਰਿਹਾ ਹੈ। ਉਹਨੂੰ ਸਤਿਗੁਰੂ ਇੱਕ ਪੈਮਾਨਾ ਦਿੰਦੇ ਨੇ, ਬੰਦਿਆ ਦੱਸ ਇੰਨੇ ਸਾਲ ਹੋ ਗਏ, ਤੇਰੇ ਅੰਦਰ ਤਬਦੀਲੀ ਕੀ ਆਈ ਹੈ। ਫਿਰ ਬੇਨਤੀ ਸੁਣਿਓ, ਤੈ ਨਰ ਕਿਆ ਪੁਰਾਣ ਸੁਣ ਕੀ ਨਾ। ਤੂੰ ਪੁਰਾਣ ਸੁਣ ਕੇ, ਗ੍ਰੰਥ ਸੁਣ ਕੇ ਕੀ ਕੀਤਾ? ਅਤੇ ਮਹਾਰਾਜ ਕੀ ਕਰਨਾ ਸੀ? ਭਗਤ ਜੀ ਕਹਿੰਦੇ ਅੰਨ ਪਾਵਨੀ, ਅੰਨ ਪਾਵਨੀ ਭਗਤ ਨਾ ਉਪਜੀ। ਕੱਲ੍ਹ ਦਾਸ ਨੇ ਅਰਜ਼ ਕੀਤੀ ਸੀ ਅੰਨ ਪਾਵਨੀ ਦਾ ਅਰਥ ਹੈ ਅਪਾਇਨੀ, ਇਹਦਾ ਮਤਲਬ ਹੈ ਕਿ ਜਿੰਨੇ ਕਦੀ ਨਾਸ਼ ਨਹੀਂ ਹੋਣਾ, ਹਰ ਚੀਜ਼ ਮੁੱਕ ਜਾਏਗੀ। ਅਨਪਾਇਨੀ ਦਾ ਅਰਥ ਉਹ ਭਗਤੀ, ਉਹ ਸਿਮਰਨ, ਉਹ ਨਾਮ ਜਿਹੜਾ ਸਰੀਰ ਦੇ ਢਾਂਚੇ ਨੂੰ ਤਾਂ ਮੌਤ ਖਤਮ ਕਰ ਸਕਦੀ ਹੈ, ਪਰ ਸਰੀਰ ਵੀ ਜਿਹੜੀ ਬੰਦਗੀ ਕੀਤੀ ਗਈ ਉਹਨੂੰ ਮੌਤ ਵੀ ਕਦੀ ਖਤਮ ਨਹੀਂ ਕਰ ਸਕਦੀ। ਫਿਰ ਬੇਨਤੀ, ਅੰਨ ਪਾਵਨੀ ਭਗਤ ਨਾ ਉਪਜੀ। ਹਿਰਦੇ ਦੇ ਵਿੱਚ ਤੇ ਪੁਰਾਣ ਸੁਣੇ, ਪਰ ਪ੍ਰੇਮਾ ਭਗਤੀ ਤਾਂ ਪੈਦਾ ਨਹੀਂ ਹੋਈ ਜੋ ਪੁਰਾਣ ਕਹਿ ਰਹੇ। ਅੰਨ ਪਾਵਨੀ ਭਗਤ ਨਾ ਉਪਜੀ, ਇੱਕ ਭਗਤੀ ਭਗਤ ਨਹੀਂ ਉਪਜੀ। ਭੁੱਖੇ ਦਾਨ ਨਾ ਦੀਨਾ, ਕਿਸੇ ਲੋੜਵੰਦ ਬੰਦੇ ਦੀ ਝੋਲੀ ਵਿੱਚ ਤੂੰ ਮਦਦ ਕਰਨ ਵਾਸਤੇ ਕੁਝ ਪਾਇਆ ਹੀ ਨਹੀਂ।
ਅੰਨ ਪਾਵਨੀ ਭਗਤ ਨਹੀਂ ਉਪਜੀ, ਭੁੱਖੇ ਦਾਨ ਨਾ ਦਿੰਦੇ ਨੇ। ਥੋੜ੍ਹਾ ਜਿਹਾ ਹੋਰ ਮੈਂ ਇੱਕ ਅਰਜ਼ ਕਰਨਾ, ਮੇਰੇ ਮਨ 'ਚ ਅੱਜ ਵੀ ਸੀ ਵੀ ਇਹਦਾ ਮਤਲਬ ਜਿਹੜਾ ਧਰਮ ਗ੍ਰੰਥਾਂ ਨੂੰ ਪੜ੍ਹ ਰਿਹਾ ਸੁਣ ਰਿਹਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਇਸ ਤੋਂ ਅਗਲਾ ਕਦਮ ਹੈ ਤੂੰ ਸਿਮਰਨ ਕਰਿਆ ਕਰ, ਤੂੰ ਨਾਮ ਜਪਿਆ ਕਰ। ਇਹਨੂੰ ਥੋੜ੍ਹਾ ਜਿਹਾ ਸਮਝਣ ਲਈ ਇੱਕ ਸ਼ਬਦ ਅਸੀਂ ਹੋਰ ਲੈਂਦੇ ਹਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਪਰਸੋਂ ਸ਼ਾਇਦ ਰੋਜ਼ ਵੀ ਕਿਹਾ ਸੀ ਕਿ ਚੌਥ ਦੇਖੋ ਜਿੰਨੀਆਂ ਪੁਰਾਣੇ ਘਟਨਾਵਾਂ ਨੇ ਉਹ ਜੇ ਪੁਰਾਣ ਮੈਂ ਪੜ੍ਹਨਾ, ਮੈਂ ਤਕਰੀਬਨ ਸਰਸਰੀ ਨਜ਼ਰ ਸਭ ਪੁਰਾਣਾ ਅਤੇ ਹਿੰਦੀ 'ਚ ਜਿਹੜੇ ਨੇ ਯਤਨ ਕੀਤਾ ਪੜ੍ਹਨ ਦਾ, ਉਹਦੇ ਵਿੱਚ ਬੜੀ ਡਿਟੇਲ ਦਿੱਤੀ ਭਗਤਾਂ ਦੀ, ਪਰ ਗੁਰੂ ਗ੍ਰੰਥ ਸਾਹਿਬ ਨੇ ਅੱਧੀ ਅੱਧੀ ਤੁੱਕ ਵਿੱਚ ਉਹ ਗੱਲ ਕਰ ਦਿੱਤੀ। ਹੁਣ ਇਹਨੂੰ ਸਮਝਣ ਲਈ ਇੱਕ ਸ਼ਬਦ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਉਹ ਸ਼ਬਦ ਹੈ ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਸੋਲਠ ਰਾਗ ਦਾ। ਜੇ ਸਿਮਰਤ ਗਨਕਾ ਸੀ ਉਧਰੀ, ਹੁਣ ਆ ਗਨਕਾ ਸੀ ਉਧਰੀ ਜਿਹੜੀ ਹੈ ਸੀ ਦਰਥ ਵਰਗੀ, ਇਹ ਜਿਹੜੀ ਗਨਕਾ ਵਰਗੀ ਉਧਰੀ ਹੈ ਇਹ ਪੁਰਾਣ ਹੈ, ਅਤੇ ਗੁਰੂ ਸਾਹਿਬ ਕਹਿੰਦੇ ਜੇ ਉਹਦੀ ਸਾਖੀ ਪੜ੍ਹ ਰਿਹਾ ਕਈ ਸਾਲਾਂ ਤੋਂ ਸੁਣਾ ਰਿਹਾ ਅਤੇ ਫਿਰ ਆਪਣੇ 'ਤੇ ਤਜਰਬਾ ਕਰਕੇ ਦੇਖ, ਜੇ ਗਨਕਾ ਤਰ ਗਈ ਸੱਚੀ ਮੁੱਚੀ ਪਾਪਾਂ ਦਾ ਗਲਹਾਰ ਪਰੋਤਾ ਭਾਈ ਸਾਹਿਬ ਕਹਿੰਦੇ ਆ, ਅਤੇ ਫਿਰ ਤੂੰ ਬੰਦਗੀ ਕਰ, ਤੇਰੇ ਪਾਪ ਕਿਉਂ ਨਹੀਂ ਕੱਟੇ ਜਾਣਗੇ। ਇਹ ਨੁਕਤਾ ਕਹਿ ਰਿਹਾ ਗੁਰੂ ਸਾਹਿਬ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਤਾਰੋ, ਤਾਂ ਕੋ ਜਸ ਉਰਤਾਰੋ, ਜਿਹੜਾ ਉਹਨੇ ਯਸ ਗਾਇਨ ਕੀਤਾ ਤੂੰ ਉਹਨੂੰ ਯਸ ਨੂੰ ਖੁਦ ਗਾ। ਜੇ ਗਨਕਾ ਪਵਿੱਤਰ ਹੋ ਗਈ, ਨਾਮ ਤਾਂ ਉਹ ਹੀ ਹੈ, ਤੇਰੇ ਅੰਦਰ ਨੂੰ ਪਵਿੱਤਰ ਨਹੀਂ ਕਰੇਗਾ। ਮੇਰੀ ਫਿਰ ਬੇਨਤੀ ਅਰਜ਼ ਹੈ, ਕਥਾ ਤੋਂ ਅਗਲੀ ਗੱਲ ਮਹਾਰਾਜ ਕਰ ਰਹੇ ਛੇ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਤਾਰੋ, ਅਟਲ ਭਇਓ ਧਰੂ ਜਾ ਕੇ ਸਿਮਰਨ। ਜਿਹਦਾ ਸਿਮਰਨ ਕਰਕੇ ਧਰੂ ਵਰਗਾ ਬੱਚਾ 5 ਸਾਲ ਦਾ ਅਟਲ ਪਦਵੀ 'ਤੇ ਪਹੁੰਚ ਗਿਆ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਇਹ ਪੁਰਾਣ ਹੈ, ਤੈ ਨਰ ਕਿਆ ਪੁਰਾਣ ਸੁਣ ਕੇ ਨਾ, ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਬਿਧ ਕੋ ਸੁਆਮੀ। ਜੇ ਉਸ ਬੱਚੇ ਦਾ ਦੁੱਖ ਕੱਟ ਦਿੱਤਾ ਤੈ ਕਾਹੇ ਵਿਸਰਾਇਆ, ਜੇ ਧਰੂ ਦੀ ਸਾਖੀ ਸੁਨਾਨਾ ਮਣਾ ਤੇ ਫਿਰ ਧਰੂ ਦੀ ਤਰ੍ਹਾਂ ਦ੍ਰਿੜ ਨਿਸ਼ਚਾ ਕਰਕੇ ਪਰਮਾਤਮਾ ਨੂੰ ਜਪ। ਇਹੀ ਕਾਰਨ ਮੈਂ ਉਸ ਦਿਨ ਕਿਹਾ ਕਿ ਕਬੀਰ ਸਾਹਿਬ ਜੀ ਨੇ ਇਹਨਾਂ ਪੁਰਾਣ ਵਿੱਚ ਆਏ ਭਗਤਾਂ ਬਾਰੇ ਕਿਹਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਧ ਕੋ ਸੁਆਮੀ ਤੈ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਈ ਕਿਰਪਾ ਨਿਧ, ਇਹ ਵੀ ਉਦਾਹਰਨ ਬੜੀ ਵਾਰੀ ਆਪਾਂ ਆਈ, ਕਿਉਂਕਿ ਅਕਸਰ ਭਗਤ ਬਾਣੀ 'ਚ ਅਤੇ ਗੁਰੂ ਤੇਗ ਬਹਾਦਰ ਦੀ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਚ ਨਾ ਜੀ ਇਹ ਉਦਾਹਰਨਾਂ ਬਹੁਤ ਦੁਹਰਾਓ, ਇਹਨਾਂ ਦਾ ਵਾਰ ਵਾਰ ਆਉਂਦੀਆਂ ਨੇ ਇਹ ਉਦਾਹਰਨਾਂ, ਅਤੇ ਅਸੀਂ ਉਹਨਾਂ ਦਾ ਜ਼ਿਕਰ ਵੀ ਫਿਰ ਕਰਨੇ ਹੁੰਦੇ ਹਾਂ ਵੀ ਪਹਿਲਾਂ ਇਹਦਾ ਇਹ ਸੁਣਾਈ ਜੀ, ਇਹ ਉੱਥੇ ਵੀ ਘਟਨਾ ਆਈ। ਇੱਥੇ ਗੁਰੂ ਸਾਹਿਬ ਕਹਿੰਦੇ ਜਬ ਹੀ ਸ਼ਰਨ ਗਈ ਕਿਰਪਾ ਨਿਧ, ਗੱਜ ਗਰਾਹ ਅਤੇ ਛੂਟਾ, ਹਾਥੀ ਤੰਦਵੇ ਤੋਂ ਛੁੱਟ ਗਿਆ। ਅਤੇ ਮਹਾਰਾਜ ਕਹਿੰਦੇ ਨੇ ਜੇ ਹਾਥੀ ਦੀ ਪੁਕਾਰ ਸੁਣੀ ਜਾ ਸਕਦੀ ਹੋਏ, ਤੂੰ ਤਾਂ ਇਨਸਾਨ ਹੈ, ਤੈਨੂੰ ਤਾਂ ਰੱਬ ਨੇ ਬੋਲੀਆਂ ਵੀ ਕਹਿ ਦਿੱਤੀਆਂ, ਤੂੰ ਹਾਥੀ ਦੀ ਤਰ੍ਹਾਂ ਕਿਉਂ ਨਹੀਂ ਪੁਕਾਰ ਕਰਦਾ, ਰੱਬ ਤੇਰੇ ਵੀ ਬੰਧਨ ਕੱਟ ਦੇਵੇ। ਇਹ ਗੱਲ ਅਸਲ 'ਚ ਭਗਤ ਮਹਾਰਾਜ ਜੀ ਕਹਿ ਰਿਹਾ, ਭਗਤ ਜੀ ਕਿ ਜਬ ਹੀ ਸ਼ਰਨ ਗਈ ਕਿਰਪਾ ਨਿਧ, ਗੱਜ ਗਰਾਹ ਅਤੇ ਛੂਟਾ, ਮਹਿਮਾ ਨਾਮ ਕਹਾ ਲਓ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ, ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਭਾਰਾ।
ਥੋੜ੍ਹੀ ਜਿਹੀ ਇੱਥੇ ਇੱਕ ਹੋਰ ਬੇਨਤੀ ਕਰਨੀ ਹੈ। ਜਿਹੜੀ ਸੂਖਸ਼ਮ ਹਉਮੈ ਹੈ ਨਾ ਜੀ, ਹਉਮੈ ਸ਼ਬਦ ਮੈਂ ਵਰਤਾਂ, ਇੱਕ ਇਹਦਾ ਸੰਬੰਧ ਇਕੱਲਾ ਪੈਸੇ ਨਾਲ, ਪਦਵੀਆਂ ਨਾਲ, ਰੁਤਬਿਆਂ ਨਾਲ, ਜਾਂ ਬਹੁਤ ਸਾਰੇ ਦੁਨੀਆ ਦੇ ਐਸ਼ਵਰਜ ਨਾਲ ਨਹੀਂ। ਪਿਆਰਿਓ, ਜੇ ਪ੍ਰੇਮਾ ਭਗਤੀ ਨਾ ਹੋਵੇ, ਕਈ ਵਾਰੀ ਧਰਮ ਕਰਮ ਕਰਦਿਆਂ ਹੋਇਆਂ, ਗ੍ਰੰਥ ਪੜ੍ਹਦਿਆਂ ਹੋਇਆਂ ਵੀ ਅੰਦਰੋਂ ਹਉਮੈ ਦਾ ਕੰਡਾ ਇੰਨਾ ਕੁ ਵੱਧ ਜਾਂਦਾ ਹੈ, ਇਹੀ ਹਉਮੈ ਨਹੀਂ ਟਿਕਣ ਦਿੰਦੀ ਕਿ ਮੇਰੇ ਤੋਂ ਵੱਧ ਕਿਸੇ ਨੇ ਪੜ੍ਹਿਆ ਨਹੀਂ, ਮੇਰੇ ਤੋਂ ਚੰਗੀ ਸੁਰ ਕਿਸੇ ਦੀ ਨਹੀਂ। ਇਹ ਇੱਥੇ ਸਤਿਗੁਰੂ ਉਹ ਗੱਲ ਸਮਝਾ ਰਿਹਾ, ਇਹ ਨਹੀਂ ਕਹਿ ਰਹੇ ਤੂੰ ਗਲਤ ਪੜ੍ਹ ਰਹੇ, ਇਹ ਕਹਿ ਰਹੇ ਮੈਨੂੰ ਦੱਸ ਤੂੰ ਪੜ੍ਹ ਕੇ ਕੀਤਾ ਕੀ। ਹੁਣ ਥੋੜ੍ਹੀਆਂ ਜਿਹੀਆਂ ਅਸੀਂ ਬਾਣੀ 'ਚ ਉਦਾਹਰਨਾਂ ਲਵਾਂਗੇ। ਇੱਕ ਪਾਸੇ ਬਾਣੀ ਕਹਿ ਰਹੀ ਵੀ ਇਹਨੂੰ ਮਨ ਤੋਂ ਇੱਕ ਸ਼ਬਦ ਆਉਂਦਾ, ਚਾਰ ਪੁਕਾਰ ਹੈ ਨਾ ਤੂੰ ਮੰਨੈ, ਖੱਟ ਪੀ ਏਕਾ ਬਾਤ ਬਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ ਤਾਪੀ ਜੋਗੀ ਭੇਦ ਨਾ ਲਿਆ। ਇਹ ਗਿਣਤੀ ਹੈ ਜੀ, ਚਾਰ ਪੁਕਾਰਾਂ ਦਾ ਅਰਥ ਚਾਰ ਵੇਦ ਪੁਕਾਰ ਕੇ ਕਹਿ ਰਹੇ ਨੇ ਜੋਗੀ, ਤੂੰ ਉਹਨਾਂ ਦੀ ਗੱਲ ਕਿਹੜੀ ਮੰਨ ਲਈ। ਚਾਰ ਪੁਕਾਰਾਂ ਨਾ ਤੂੰ ਮੰਨੈ, ਖੱਟ ਪੀ, ਖੱਟ ਦਾ ਅਰਥ ਛੇ ਸ਼ਾਸਤਰ, ਚਾਰ ਵੇਦ ਅਤੇ ਛੇ ਸ਼ਾਸਤਰ ਪੁਕਾਰ ਰਹੇ ਨੇ। ਦਸ ਅਸ਼ਟੀ, ਇਹ ਦੋ ਸ਼ਬਦ ਨੇ, ਦਸ ਅਸ਼ਟੀ, ਦਸ ਅਤੇ ਅੱਠ ਅਠਾਰਾਂ, ਅਠਾਰਾਂ ਪੁਰਾਣ ਨੇ, ਚਾਰ ਵੇਦ, ਛੇ ਸ਼ਾਸਤਰ, ਅਠਾਰਾਂ ਪੁਰਾਣ, ਇਹ ਪੁਕਾਰ ਕੇ ਕਹਿ ਰਹੇ ਆ। ਅਤੇ ਤੂੰ ਤਾਂ ਜੋਗੀ, ਇੰਨਾ ਕੁਝ ਰੱਟ ਕੇ ਵੀ ਦੀ ਗੱਲ ਨਹੀਂ ਮੰਨੀ। ਚਾਰ ਪੁਕਾਰਾਂ ਨਾ ਤੂੰ ਮੰਨੈ, ਖੱਟ ਪੀ ਏਕਾ ਬਾਤ ਬਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਿਆ। ਥੋੜ੍ਹੇ ਜਿਹੇ ਬਚਨ ਨੇ ਬਾਣੀ 'ਚ, ਇਹ ਜਦੋਂ ਬੰਦਾ ਪੜ੍ਹੇ, ਜਿਵੇਂ ਹੁਣ ਬਾਣੀ ਪੜ੍ਹਨੇ ਆਪਾਂ, ਗੁਰੂ ਰਾਮਦਾਸ ਜੀ ਨੂੰ ਇੱਕ ਵਾਰੀ ਸਿੱਖਾਂ ਬੇਨਤੀ ਕੀਤੀ ਸੀ ਜੀ ਕਿ ਮਹਾਰਾਜ ਅਸੀਂ ਬਾਣੀ ਕਿਵੇਂ ਪੜ੍ਹੀਏ, ਸਾਡਾ ਮਨ ਉਸ ਆਤਮਕ ਕਮਾਈ ਵੱਲ ਚੱਲੇ, ਰੂਹਾਨੀ ਜੀਵਨ ਵੱਲ ਚੱਲੇ। ਗੁਰੂ ਸਾਹਿਬ ਜੀ ਨੇ ਬਚਨ ਕਿਹਾ ਸੀ ਜੀ, ਵੈਸੇ ਭਾਈ ਸੰਤੋਖ ਸਿੰਘ ਦੀ ਇਹ ਸ਼ਬਦਾਵਲੀ ਹੈ, ਮਹਾਰਾਜ ਨੇ ਕਿਹਾ ਵੀ ਜਦੋਂ ਬਾਣੀ ਪੜ੍ਹੀਏ, ਨਿਤਨਿਮ ਕਰੀਏ, ਪਾਠ ਕਰੀਏ, ਸ਼ਬਦ ਪੜ੍ਹਨ ਤੋਂ ਬਾਅਦ ਜੋ ਗੁਰੂ ਜੀ ਕਹਿੰਦੇ ਨੇ ਨਾ, ਥੋੜ੍ਹਾ ਜਿਹਾ ਰੁਕ ਕੇ ਆਪਣੇ ਮਨ ਦੀ ਕਾਪੀ 'ਤੇ ਵੀ ਨਜ਼ਰ ਮਾਰ ਲੈਣੀ ਚਾਹੀਦੀ ਹੈ ਕਿ ਜੋ ਗੁਰੂ ਜੀ ਕਹਿੰਦੇ ਆ, ਮਨ ਦੀ ਫੱਟੀ 'ਤੇ ਵੀ ਬੰਦਾ ਨਜ਼ਰ ਮਾਰ ਲਵੇ ਕਿ ਜੋ ਸਤਿਗੁਰੂ ਕਹਿੰਦੇ ਆ ਮੈਂ ਕਮਾ ਰਿਹਾ ਕਿ ਨਹੀਂ। ਜੇ ਨਹੀਂ ਕਮਾ ਰਿਹਾ ਤਾਂ ਧੰਨ, ਗੁਰੂ ਰਾਮਦਾਸ ਕਹਿੰਦੇ ਕਮਾਉਣਾ ਸ਼ੁਰੂ ਕਰ ਦਿਓ ਭਾਈ, ਪੜ੍ਹ ਕੇ ਸੁਣ ਕੇ ਜਦੋਂ ਆਤਮਕ ਜੀਵਨ ਕਮਾਵਾਂਗੇ ਤਾਂ ਮਨ ਆਪਣੇ ਆਪ ਟਿਕਣ ਲੱਗ ਪਏਗਾ। ਮਹਾਰਾਜ ਜੀ ਦਾ ਬਚਨ ਕਹਿ ਹੈ ਤਾਂ ਤਵਾਰੀਖੀ ਇਤਿਹਾਸਕ ਗ੍ਰੰਥ ਦਾ, ਸਤਿਗੁਰੂ ਜੀ ਨੇ ਬਚਨ ਕੀਤਾ ਕਿ ਧਰਿਓ ਅਰਸ਼ ਜੋ ਸ਼ਬਦ ਮਝਾਰਾ, ਜਿਹੜਾ ਸ਼ਬਦ ਦੇ ਵਿੱਚ ਅਰਥ ਟਿਕਿਆ ਹੈ, ਵਾਰ ਵਾਰ ਉਰ ਕਰੋ ਵਿਚਾਰਾ, ਉਹਨੂੰ ਵਾਰ ਵਾਰ ਵਿਚਾਰੋ। ਫਿਰ ਬੇਨਤੀ, ਇਸ ਤਰ੍ਹਾਂ ਪਾਠ ਕਰ, ਵਾਰ ਵਾਰ ਉਰ ਕਰੋ ਵਿਚਾਰਾ ਕਿਆ ਗੁਰ ਕਹੈ। ਵਾਰ ਵਾਰ ਆਪਣੇ ਮਨ ਨੂੰ ਪੁੱਛੀਏ ਗੁਰੂ ਜੀ ਕੀ ਕਹਿ ਰਿਹਾ ਬਾਣੀ 'ਚ, ਅਤੇ ਮਨਾ ਤੂੰ ਕੀ ਸੋਚਣਾ ਪਿਆ ਹੈ। ਇਹ ਮਨ ਦੀ ਸਾਧਨਾ ਹੈ, ਵਾਰ ਵਾਰ ਉਰ ਕਰੋ ਵਿਚਾਰਾ ਕਿਆ ਗੁਰ ਕਹੈ, ਕਰਾਂ ਹਮ ਕਹਾਂ ਸਨੇ ਸਨੇ ਮਨ ਮੋਰੋ ਮਹਾਂ। ਐਸ ਤਾਂ ਇਹ ਮਨ ਜਿਹੜਾ ਭਟਕਦਾ ਹੋਇਆ ਨਾ, ਇਹ ਟਿਕ ਜਾਏਗਾ। ਇਹਦਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਇਹ ਕਹਿ ਰਿਹਾ ਕਿ ਧਰਮ ਗ੍ਰੰਥ ਪੜ੍ਹੋ, ਜੋ ਧਰਮ ਗ੍ਰੰਥ ਕਹਿ ਰਿਹਾ ਪਰਮਾਤਮਾ ਦੀ ਪ੍ਰੇਮਾ ਭਗਤੀ ਕਰੋ। ਇੱਕ ਦੋ ਬਚਨ ਹੋਰ ਨੇ ਜੀ, ਸ਼ਬਦ ਆਪ ਜੀ ਨੂੰ ਚੇਤਾ ਹੋਣਾ, ਕਿਆ ਪੜ੍ਹੀਐ ਕਿਆ ਗੁਣੀਐ, ਭਗਤ ਰਵਿਦਾਸ ਜੀ ਇੱਥੇ ਸ਼ਬਦ ਗੁਣੀਐ ਹੈ।
ਕੀ ਪੜ੍ਹਿਆ ਅਤੇ ਗੁਨੀਏ ਦਾ ਲਫ਼ਜ਼ੀ ਅਰਥ ਵਿਚਾਰਨਾ, ਜਿਵੇਂ ਆਪਾਂ ਕਥਾ ਕਰਨੀ ਪਏ, ਕੀ ਪੜ੍ਹਿਆ ਅਤੇ ਕੀ ਵਿਚਾਰਿਆ, ਕਿਆ ਪੜ੍ਹੀਏ, ਕਿਆ ਗੁਨੀਏ, ਕਿਆ ਵੇਦ ਪੁਰਾਣਾ ਸੁਣੀਏ, ਤੈ ਨਰ ਕਿਆ ਪੁਰਾਣ ਸੁਣ ਕੀ ਨਾ, ਕੀ ਵੇਦ ਪੜ੍ਹੇ, ਕੀ ਪੁਰਾਣ ਸੁਣੇ। ਭਗਤ ਸਾਹਿਬ, ਇਹ ਤਾਂ ਬਹੁਤ ਗਹਿਰੀ ਵਿੱਦਿਆ ਹੈ, ਕਿਆ ਪੜ੍ਹੀਏ, ਕਿਆ ਗੁਨੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਕਿਉਂਕਿ ਅਗਲਾ ਸਟੈਪ ਨਹੀਂ ਚੱਕਿਆ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਸਹਿਜ ਨਾ ਮਿਲਿਓ ਸੋਈ, ਜਿਹੜੀ ਬੰਦਗੀ ਵਿੱਚੋਂ ਸਹਿਜ ਆਤਮਕ ਅਵਸਥਾ ਹੈ, ਜੇ ਉਹ ਹੀ ਨਹੀਂ ਮਿਲੀ ਤਾਂ ਫਿਰ ਤੂੰ ਵੇਦ ਕਾਹਦੇ ਵਿਚਾਰੇ ਅਤੇ ਪੁਰਾਣ ਕਾਹਦੇ ਸੁਣੇ, ਜੋ ਸਹਿਜ ਨਾ ਮਿਲਿਓ ਸੋਈ। ਫਿਰ ਇਹ ਉਹੀ ਗੱਲ ਜੋ ਭਗਤ ਪਰਮਾਨੰਦ ਜੀ ਕਹਿ ਰਹੇ ਨੇ, ਅਨ ਪਾਵਨੀ ਭਗਤ ਨਹੀਂ ਉਪਜੀ। ਅੱਗੇ ਜੀ ਇਹ ਆਪ ਜੀ ਇਹ ਕਿਉਂ ਕਹਿ ਰਹੇ ਹੋ ਵੀ ਜੋ ਸਹਿਜ ਨਾ ਮਿਲਿਓ ਸੋਈ, ਕਿਹਨਾਂ ਦਾ ਕਾਰਨ? ਹਰ ਕਾ ਨਾਮ ਨਾ ਜਪਸ ਗਾ ਵਾਹਰਾ, ਸ਼ਬਦ ਵਰਤਿਆ ਉਹ ਮੂਰਖਾ, ਤੂੰ ਹਰੀ ਦੇ ਨਾਮ ਨੂੰ ਜਪ ਨਾ ਰਿਹਾ, ਕਿਆ ਸੋਚਿਆ ਵਾਰੰਬਾਰਾ, ਤੂੰ ਪੜ੍ਹਨਾ ਹੈ, ਵਿਚਾਰਨਾ ਹੈ, ਤੇਰਾ ਪ੍ਰਭਾਵ ਵੀ ਪੈਂਦਾ, ਤੂੰ ਵਾਰ ਵਾਰ ਸੋਚੀ ਜਾ ਰਿਹਾ, ਅੱਜ ਕੱਲ੍ਹ ਅੱਜ ਕੱਲ੍ਹ। ਸਾਰੀ ਜ਼ਿੰਦਗੀ ਲੰਘ ਗਈ ਉਹ ਕਥਾ ਕਰਦਿਆਂ ਵਿਚਾਰਾਂ ਕਰਦਿਆਂ, ਅੱਜ ਤੀਕਰਾਂ ਅੰਦਰੋਂ ਸਹਿਜ ਦੀ ਅਵਸਥਾ ਨਹੀਂ ਮਿਲੀ। ਇੱਥੇ ਮੈਂ ਇੱਕ ਉਦਾਹਰਨ ਇੱਕ ਵਾਰ ਅਰਜ਼ ਕੀਤੀ ਸੀ, ਅੱਜ ਚਲੋ ਹੋਰ ਮੈਂ ਇਹ ਦੁਬਾਰਾ ਰਿਪੀਟ ਕਰਨ ਲੱਗਾ। ਇੱਥੇ ਅਸਲ 'ਚ ਘਟਨਾ ਬੰਗਾਲ ਦੀ ਹੈ, ਕਹਾਣੀ ਸਾਖੀ ਇਸ ਕਰਕੇ ਹੁੰਦੀ ਹੈ ਵੀ ਜੋ ਗੱਲ ਕਰ ਰਹੇ ਹਾਂ ਸਮਝ ਪੈ ਜਾਏ। ਇੱਕ ਬੱਚਾ ਸੀ ਜੀ, 17 ਸਾਲ ਦੀ ਉਮਰ ਸੀ, ਉਹਦਾ ਨਾਮ ਸੀ ਗੁਰੰਗ, ਸ਼ਾਇਦ ਇੱਕ ਵਾਰ ਮਰਜ਼ ਕੀਤੀ, ਗੁਰੰਗ ਗੁਸਾਈ। ਇਹ ਗੁਰੰਗ ਜਿਹੜਾ ਹੈ, ਇਹਦੇ ਮਾਪਿਆਂ ਨੇ ਤਾਲੀਮ ਦਿੱਤੀ ਜੀ, ਇਹਨੂੰ ਧਾਰਮਿਕ ਗ੍ਰੰਥਾਂ ਦਾ ਵਾਲੇ ਤੋਰ ਦਿੱਤਾ। ਇਹ 17 ਸਾਲ ਦੀ ਉਮਰ 'ਚ ਕਥਾ ਕਰਨ ਲੱਗ ਪਿਆ, 16-17 ਦੀ 'ਚ। ਇਹਨੂੰ ਵੇਦ ਜੀ ਜ਼ਬਾਨੀ ਚੇਤੇ ਹੋ ਗਏ, ਜਦੋਂ ਚੋਲੀ ਬੰਦਾ ਇੱਧਰ ਪਵੇ, ਪੁਰਾਣਾਂ ਦੀ ਸਮਝ, ਸਿਮਰਤੀਆਂ ਦੀ ਸਮਝ, ਉਪਨਿਸ਼ਦਾਂ ਦੀ ਸਮਝ, ਉਹ ਕਥਾ ਕਰਨੀ ਸ਼ੁਰੂ ਕਰ ਦਿੱਤੀ। ਅਤੇ ਉਸ ਵਕਤ ਲੋਕ ਇਕੱਠੇ ਹੋਣੇ, ਸੰਗਤ ਜਾਂ ਕਹਿ ਲਓ ਸੁਣਨ ਵਾਲੇ ਸਰੋਤੇ ਬਹੁਤ ਆਉਣ ਲੱਗ ਪਏ। ਜਦੋਂ ਉਹਨੇ ਪ੍ਰਮਾਣ ਦੇਣੇ, ਜਦੋਂ ਉਹਨੇ ਬੋਲਣਾ, ਅਤੇ ਲੋਕਾਂ ਨੇ ਆਸ਼ਿਸ਼ ਕਰ ਉੱਠਣਾ ਵੀ ਵਾਹ ਵੀ ਵਾਕਈ ਕਮਾਲ ਕਰਤੀ ਜੀ, ਇਹਦੇ ਵਰਗਾ ਕੋਈ ਵਿਦਵਾਨ ਨਹੀਂ। ਯਾਦ ਰੱਖਿਓ, ਨੇੜੇ ਦੇ ਡੋ ਵੀ ਦੇਦੇ ਆ, ਤਾਰ ਵੀ ਦਿੰਦੇ ਆ। ਹੁਣ ਇਹ ਜਦੋਂ ਹੋ ਗਿਆ ਵੀ ਇਹਦੇ ਵਰਗਾ ਕੋਈ ਨਹੀਂ, ਉਸ ਦਿਨਾਂ 'ਚ ਚਰਚਾ ਬੜੀ ਚੱਲਦੀ ਹੁੰਦੀ ਸੀ ਸੱਚੀ ਮੁੱਚੀ ਜੀ। ਜਿਹੜੀ ਵੇਦ ਸ਼ਾਸਤਰ ਚਰਚਾ ਸੀ ਨਾ ਜੀ, ਸ਼ਾਸਤਰਾਰਥ ਦੀ ਚਰਚਾ ਬਹੁਤ ਚੱਲਦੀ ਸੀ, ਅੱਜ ਕੱਲ੍ਹ ਵੀ ਚੱਲਦੀ ਕਈ ਥਾਵਾਂ 'ਤੇ। ਨਾਲਦਿਆਂ ਨੇ ਕਿਹਾ ਵੀ ਇੰਨੀ ਪੜ੍ਹਾਈ ਦਾ ਕੀ ਫਾਇਦਾ ਜੇ ਲੋਕਾਂ ਨੂੰ ਪਤਾ ਹੀ ਨਾ ਲੱਗਾ, ਤਾਂ ਆਪਾਂ ਹੁਣ ਹਾਰ ਜਿੱਤ ਵਾਲੇ ਪਾਸੇ ਚੱਲੀਏ। ਉਹ ਗੁਰੰਗ ਗੁਸਾਈ ਨੇ ਜੀ ਕਥਾ ਵੀ ਕਰਨੀ, ਉਹਨੇ ਸ਼ਾਸਤਰ ਜਿਵੇਂ ਸਾਡੇ ਲੋਕਾਂ ਸੈਮੀਨਾਰ ਕਰੋ, ਮੰਗੋ ਜਵਾਬ ਇਹਨਾਂ ਤੋਂ, ਆਹ ਕਰੋ। ਇੱਕ ਯਾਦ ਰੱਖਿਓ, ਮਨੋਵਿਗਿਆਨ ਕਹਿੰਦਾ ਇੱਕ ਬਿਮਾਰੀ ਹੈ। ਕੁਝ ਬੰਦਿਆਂ ਨੂੰ ਜਦੋਂ ਲੋਕ ਸੁਣਨ ਲੱਗ ਪੈਣ, ਖਿਮਾ ਕਰਿਓ ਮੈਂ ਸੰਗਤ ਨਹੀਂ ਕਰ ਰਿਹਾ, ਲੋਕ ਸੁਣਨ ਲੱਗ ਪੈਣ, ਉਹਨਾਂ ਦੇ ਅੰਦਰੋਂ ਇੱਕ ਬਿਮਾਰੀ ਪੈ ਹੈ, ਬਿਮਾਰੀ ਉਹਨਾਂ ਨੂੰ ਭੁਲੇਖਾ ਪੈਣ ਲੱਗ ਪੈਂਦਾ, ਅਖੀਰਲਾ ਫੈਸਲਾ ਮੇਰਾ ਹੀ ਹੈ, ਜੋ ਮੈਂ ਕਹਿ ਰਿਹਾ ਮੇਰੇ ਫੈਸਲੇ ਨੇ। ਫਿਰ ਉਹ ਬੰਦਾ ਜੇ ਕੁਰਾਹੇ ਪੈ ਜਾਏ ਤਾਂ ਸੱਚੀ ਜੇ ਅੰਦਰੋਂ ਸੁੱਕ ਜਾਂਦਾ। ਉਹਨਾਂ ਨੇ ਕਿਹਾ ਵੀ ਆਪਾਂ ਵਿਚਾਰ ਚਰਚਾ ਸ਼ੁਰੂ ਹੋ ਗਈ ਜੀ, ਹੁਣ ਉਹਦਾ ਪ੍ਰਭਾਵ ਇੰਨਾ ਕੁ ਪੈ, ਉਹਨੇ ਲੋਕ ਹੈਰਾਨੇ ਸ਼ੁਰੂ ਕਰ ਦਿੱਤੇ, ਵੱਡੇ ਵੱਡੇ ਵਿਦਵਾਨ ਪੰਡਿਤ ਹਰਾ ਦਿੱਤੇ। ਸੱਚੀ ਉਹਨਾਂ ਵਿਚਾਰਿਆਂ ਪੜ੍ਹ ਕੇ ਬੋਲਾਂ, ਉਹਨੇ ਜ਼ਬਾਨੀ ਫਟਾਫਟ ਬੋਲ ਦੇਣਾ, ਚੇਤੇ ਹੀ ਸਭ ਕੁਝ। ਇੱਕ ਦਿਨ ਕੀ ਹੋਇਆ ਵੀ ਇਹ ਗੰਗਾ ਪਾਰ ਬੰਗਾਲ 'ਚ
ਕਥਾ ਕਰਨ ਜਾਣਾ ਸੀ ਇਹਨੂੰ। ਇਹ ਬੇੜੀ 'ਚ ਬੈਠ ਗਿਆ, ਬੇੜੀ ਭਰੀ ਹੋਈ ਸੀ ਯਾਤਰੀਆਂ ਨਾਲ, ਅਤੇ ਇਹ ਉੱਚੇ ਪਾਸਾ ਜਿਹੜਾ ਬੇੜੀ ਦਾ ਪਾਸਾ ਉੱਚਾ ਸੀ ਜਿੱਥੇ ਮਲਾਹ ਖਲੋਂਦਾ ਹੈ ਚੱਪੂ ਮਾਰਦਾ, ਉੱਥੇ ਖੜਾ ਹੋ ਗਿਆ ਅਤੇ ਇਹਨੂੰ ਸਥਾਨ ਹੀ ਮਿਲੀ। ਜਿਸ ਬੰਦੇ ਨੂੰ ਖਿਮਾ ਕਰਿਓ, ਮੈਂ ਨੈਗੇਟਿਵ ਨਹੀਂ ਬੋਲ ਰਿਹਾ, ਚੋਖਾ ਸਤਿਕਾਰ ਮਿਲੇ ਨਾ, ਜੇ ਕੋਈ ਉਹਨੂੰ ਫਤਿਹ ਨਾ ਬੁਲਾਏ, ਸੱਚੀ ਮੁੱਚੀ ਅੰਦਰੋਂ ਭੁੱਜੀ ਜਾਂਦਾ ਬੰਦਾ। ਕਈ ਵਾਰੀ ਬੰਦਾ ਉਂਝ ਵੀ ਨਹੀਂ ਫਤਿਹ ਬੁਲਾਉਂਦਾ, ਲੰਘਦਿਆਂ ਉਹ ਅੰਦਰ ਵਾਲੀ ਕਹਿੰਦੀ ਹੈ ਕਿਉਂ ਨਾ ਚੁੱਕਿਆ। ਉਹਦੇ ਮਨ 'ਚ ਹੈ ਵੀ ਇੰਨੇ ਬੰਦੇ ਬੈਠੇ, ਉਹਨੂੰ ਪਤਾ ਨਹੀਂ ਮੈਂ ਕਥਾ ਵਾਚਕ ਹਾਂ, ਮੈਂ ਐਡਾ ਵੱਡਾ ਵਿਦਵਾਨ। ਉੱਚਾ ਖਲੋ ਕੇ ਵੇਖਣ ਲੱਗਾ ਅਤੇ ਇੱਕ ਨਾ ਜੀ, ਮੇਰਾ ਖਿਆਲ 70 ਕਿ 75 ਸਾਲ ਦਾ ਬਜ਼ੁਰਗ ਬੈਠਾ ਸਾਧੂ, ਉਹ ਨੀਵੀਂ ਪਾਈ ਬੈਠਾ ਜੀ, ਉਹ ਕਿਸੇ ਵੱਲ ਦੇਖ ਨਹੀਂ ਸਿਰਿਆ। ਇਹ ਨੌਜਵਾਨ ਉੱਥੇ ਚਲਾ ਗਿਆ। ਇਹਨੇ ਕਿਹਾ ਵੀ ਇਹ ਬੰਦੇ ਦੇ ਕੱਪੜੇ ਦੱਸ ਰਿਹਾ ਵੀ ਇਹ ਬੰਦਾ ਜਾਣਦਾ ਸਾਧੂ ਹੈ। ਉਹਨੂੰ ਮੋਢੇ 'ਤੇ ਹੱਥ ਲਾ ਦਿੱਤਾ ਜੀ ਇਹਨੇ ਜਾ ਕੇ। ਉਹਨੇ ਨੇਤਰ ਬੜੀ ਆਪਣੇ ਅੰਤਰ ਆਤਮੇ ਟਿਕਿਆ ਸੀ, ਨੇਤਰ ਉੱਤੇ ਚੁੱਕੇ, ਕਹਿੰਦਾ ਵੀ ਮੈਨੂੰ ਤੁਸੀਂ ਜਾਣਦੇ ਨਹੀਂ, ਵੈਸੇ ਹਿੰਦੀ ਸ਼ਬਦ ਲਿਖੇ ਨੇ, ਆ ਮੁਝਕੋ ਪਹਿਚਾਨਤੇ ਨਹੀਂ। ਉਹ ਬਜ਼ੁਰਗ ਬੋਲਿਆ ਪਹਿਲਾ ਸ਼ਬਦ, ਉਹਨੇ ਕਿਹਾ ਬੇਟਾ 70 ਸਾਲ ਕਾ ਹੋ ਗਿਆ, ਵੀ ਤੋ ਮੁਝਕੋ ਵੀ ਨਹੀਂ ਪਤਾ ਮੈਂ ਕੌਣ ਹੂੰ। ਉਹ ਕਹਿੰਦਾ ਮੈਨੂੰ ਵੀ ਨਹੀਂ ਪਤਾ ਮੈਂ ਕੌਣ ਹਾਂ। ਉਹ ਅੱਗੋਂ ਕਹਿੰਦਾ ਜੇ ਤੁਹਾਨੂੰ ਨਹੀਂ ਪਤਾ ਮੈਂ ਦੱਸਣਾ, ਮੈਂ ਗੁਰੰਗ ਗੁਸਾਈ। ਉਹਨੇ ਫਿਰ ਆਪਣਾ ਸਾਰਾ ਦੱਸਣਾ ਸ਼ੁਰੂ ਕਰਤਾ, ਮੈਨੂੰ ਆਹ ਵੇਦ ਚੇਤੇ, ਆਹ ਚੇਤੇ, ਆਹ ਕੁਝ ਚੇਤੇ, ਸਭ ਕੁਝ ਉਹ ਸੁਣੀ ਗਿਆ ਬਜ਼ੁਰਗ। ਸੁਣਨ ਤੋਂ ਬਾਅਦ ਨਾ ਜੀ, ਉਹਨੂੰ ਕਹਿੰਦਾ ਸ਼ਾਸਤਰਾਂ ਦੀ ਮਰਿਆਦਾ ਮੁਤਾਬਕ ਜਿਹਨੂੰ ਇੰਨਾ ਕੁਝ ਚੇਤੇ ਹੋਵੇ, ਗ੍ਰੰਥਾਂ ਦੀ ਜਾਣਕਾਰੀ ਹੋਵੇ, ਭਾਵੇਂ ਉਮਰ ਤੁਹਾਡੀ ਲੰਬੇਰੀ ਹੈ, ਤੁਹਾਡਾ ਫਰਜ਼ ਬਣਦਾ ਇਹ ਜਗ੍ਹਾ ਮੈਨੂੰ ਬੈਠਣ ਵਾਸਤੇ ਦੇ ਦਿਓ, ਕਿਉਂਕਿ ਮੈਨੂੰ ਇੰਨਾ ਕੁਝ ਚੇਤੇ। ਉਹਨੇ ਸੁਣਨ ਤੋਂ ਬਾਅਦ ਦੂਜਾ ਲਫ਼ਜ਼ ਜਿਹੜਾ ਬੋਲਿਆ, ਕਹਿੰਦਾ ਅੱਛਾ ਤੂੰ ਉਹੀ ਮਹਾਂਮੂਰਖ ਹੈ ਜਿਸ ਕਾ ਚਰਚਾ ਹੈ ਅੱਜ ਕੱਲ੍ਹ। ਉਹਨੇ ਕਿਹਾ ਮੈਂ ਮਹਾਂਪੰਡਿਤ। ਉਹਨੇ ਕਿਹਾ ਤੂੰ ਉਹੀ ਮਹਾਂਮੂਰਖ ਜਿਸ ਕਾ ਅੱਜ ਕੱਲ੍ਹ ਚਰਚਾ ਹੈ। ਉਹ ਕਹਿੰਦਾ ਇਹ ਕੀ ਗੱਲ? ਕਹਿਣ ਲੱਗੇ ਇੰਨਾ ਕੁਝ ਆਪਣੇ ਦਿਮਾਗ 'ਚ ਕਚਰਾ ਭਰੀ ਬੈਠਾ ਹੈ, ਤੈਨੂੰ 2.5 ਅੱਖਰ ਚੇਤੇ ਨੇ? ਉੱਥੇ ਤਾਂ ਲਿਖਿਆ 1 ਅੱਖਰ। ਤੈਨੂੰ ਆਹ 2.5 ਅੱਖਰ ਚੇਤੇ ਨੇ? ਤੈਨੂੰ ਆਹ 2 ਅੱਖਰਾਂ ਦੀ ਪਹਿਚਾਣ ਹੈ, ਸ਼ਬਦਾਂ ਦੀ, 2 ਅੱਖਰਾਂ ਦੇ ਜੋੜ ਦੀ? ਉਹਨੇ ਕਿਹਾ ਉਹ ਕੀ? ਉਨੀ ਚਿਰ ਨੂੰ ਬੇੜੀ ਕਿਨਾਰੇ ਲੱਗ ਗਈ। ਉਹਨੇ ਕਿਹਾ ਤੈਨੂੰ ਰਾਮ ਸ਼ਬਦ ਚੇਤੇ ਰਹਿੰਦਾ? ਉਹ ਕਹਿੰਦਾ ਮੈਨੂੰ ਸਾਰੇ ਗ੍ਰੰਥ ਚੇਤੇ ਨੇ। ਕਹਿੰਦਾ ਗ੍ਰੰਥ ਛੱਡ, ਜਿਨ੍ਹਾਂ ਗ੍ਰੰਥਾਂ ਦੀ ਚਰਚਾ ਤੂੰ ਕਰਨਾ, ਉਹ ਰਾਮ ਕੀ ਬੰਦਗੀ ਦੀ, ਪੂਜਾ ਦੀ, ਤੈਨੂੰ ਰਾਮ ਸ਼ਬਦ ਚੇਤੇ ਵੇ? ਤੇਰੇ 'ਤੇ ਕਥਾ ਕਰਦਿਆਂ ਰਾਮ ਨਿਕਲ ਜਾਂਦਾ ਵਿੱਚੋਂ। ਉਹਨੇ ਕਿਹਾ ਕਿਉਂ? ਕਹਿਣ ਲੱਗੇ ਜਦੋਂ ਤੂੰ ਬੋਲਣਾ ਤੇਰੀ ਖੌਮੇ ਲੋਕਾਂ ਦੇ ਚਿਹਰੇ ਦੇਖਦੀ, ਤੇਰੇ ਅੰਦਰ ਰੱਬ ਨਹੀਂ ਰਹਿੰਦਾ, ਖੌਮੇ ਹੁੰਦੀ ਹੈ, ਤੈਨੂੰ ਰਾਮ ਚੇਤੇ ਹੈ। ਇਹਨੇ ਚਿਰ ਨੂੰ ਬੇੜੀ ਲੱਗੀ ਜੀ, ਉਹ ਕਮਾਈ ਵਾਲਾ ਸੀ ਜੀ, ਬੋਲਿਆ ਸਿਰਫ ਉਹ 2-3 ਵਾਰੀ। ਉਹਨੇ ਤੀਰ ਮਾਰਿਆ ਇਹੋ ਜਿਹਾ ਵਿੰਨ ਕੇ, ਕਹਿੰਦਾ ਜਾ ਉਹ ਮੂਰਖਾ, ਜਿੰਨਾ ਮਰਜ਼ੀ ਤੂੰ ਚੁੱਕੀ, ਫਿਰ ਤੈਨੂੰ ਸਮਝ ਗਈ ਹੈ। ਕਿਨਾਰੇ ਲੱਗ ਗਈ ਬੇੜੀ, ਚਲਾ ਗਿਆ। ਕਥਾ ਤਾਂ ਕੀਤੀ, ਚਰਚਾ ਵੀ ਸ਼ਾਮ ਨੂੰ ਜਿੱਤ ਗਿਆ, ਪਰ ਰਾਤ ਨੂੰ ਨੀਂਦ ਕੋਈ ਨਹੀਂ ਪਈ। ਇੱਕੋ ਸ਼ਬਦ ਜੋ ਚਿਹਰਾ ਸਾਹਮਣੇ ਆਵੇ, ਇੱਕੋ ਸ਼ਬਦ ਗੂੰਜੇ, ਉਹ ਮੂਰਖਾ ਤੈਨੂੰ ਰਾਮ ਚੇਤੇ ਨਹੀਂ। ਉਹ ਨਾ ਸੌਵੇਂ ਨਾ ਬੈਠੇ, ਇਹ ਫਿਰ ਅਭਿਆਸ ਕਰਨ ਲੱਗ ਪਿਆ। ਗੁਰਮੁਖੋ ਜੋ ਉਹਦੀ ਹਿਸਟਰੀ ਵਿੱਚ, ਇਸ ਬੱਚੇ ਨੇ 12 ਸਾਲ ਫਿਰ ਇਹਨੂੰ ਗੁਰਮਤ ਦੇ ਨਜ਼ਰੀਏ ਨਾਲ ਨਾ ਵਿਆਖਿਆ ਕਰਨ ਲੱਗ ਪਈ, ਜੰਗਲ 'ਚ ਕਿਉਂ ਗਿਆ। 12 ਸਾਲ ਉਸ ਨੌਜਵਾਨ ਨੇ
ਰਾਮ ਸ਼ਬਦ ਦਾ ਅਭਿਆਸ ਕੀਤਾ ਜੰਗਲ 'ਚ, ਪਰ ਭੁੱਲੇ। ਜਦੋਂ ਰਾਮ ਬੋਲੇ ਮਨ ਫਿਰ ਉੱਧਰ ਭੱਜੇ। ਉਹ ਵਡਿਆਈ, ਉਹ ਪ੍ਰਭਤਾ, ਉਹਨੂੰ 12 ਸਾਲ ਅਭਿਆਸ ਤੋਂ ਬਾਅਦ ਪਤਾ ਨਹੀਂ ਅੰਦਰੋਂ ਜਿਵੇਂ ਬੰਦਾ ਕਲਪ ਨਹੀਂ ਜਾਂਦਾ। ਕਹਿੰਦਾ ਜਾਓ ਮਨਾ, ਉਹ ਸਾਧੂ ਦੀ ਗੱਲ ਤਾਂ ਠੀਕ ਸੀ, ਇੰਨੇ ਸਾਲ ਬੋਲ ਕੇ, ਇੰਨੇ ਸਾਲ ਅਭਿਆਸ ਕਰਕੇ ਸੁਰ ਤਾਂ ਅਦੇ ਵੀ ਨਹੀਂ ਟਿੱਕੀ, ਇੱਦੂ ਚੰਗਾ ਗੰਗਾ 'ਚ ਡੁੱਬ ਕੇ ਮਰ ਜਾ। ਹਿਸਟਰੀ ਕਹਿੰਦੀ ਹੈ ਜੀ ਉਹ ਬੰਦਾ ਅੱਜ ਫਿਰ ਉਸੇ ਘਾਟ 'ਤੇ ਆ ਗਿਆ ਜਿੱਥੇ 12 ਸਾਲ ਪਹਿਲਾਂ ਸੀ, ਜਿੱਥੇ ਘਟਨਾ ਵਾਪਰੀ ਸੀ। ਇਹ ਬੇੜੀ 'ਚ ਬੈਠ ਗਿਆ, ਮਨ ਚਾਹਿਆ ਕਿ ਗਹਿਰੇ ਪਾਣੀ 'ਚ ਡੁੱਬ ਕੇ ਮਰਾਂਗਾ, ਜੇ ਕਿਨਾਰੇ 'ਤੇ ਛਾਲ ਮਾਰੀ ਲੋਕ ਕੱਢ ਲੈਣਗੇ। ਜਦੋਂ ਬੇੜੀ ਚੱਲ ਗਈ ਨਾ, ਇਹ ਵਿਚਕਾਰ ਜਾ ਕੇ ਜਦੋਂ ਛਾਲ ਮਾਰਨੀ ਸੀ, ਇਹਨੇ ਨਜ਼ਰ ਮਾਰੀ ਅਤੇ ਸੱਚੀ ਮੁੱਚੀ ਅੱਜ ਫਿਰ ਉੱਥੇ ਉਹ ਸਾਧੂ ਬੈਠਾ। ਦੇਖੋ ਪਰਮਾਤਮਾ ਕੈਸੀ ਖੇਡ ਵਰਤਾਈ। ਅੱਜ ਉਹ ਬਹੁਤ ਬਜ਼ੁਰਗ ਹੋ ਚੁੱਕਾ ਸੀ, ਇਹਨੇ ਦੇਖਿਆ ਵੀ ਉਹ ਇਹ ਤਾਂ ਉਹੀ ਹੈ, ਕੋਲ ਚਲਾ ਗਿਆ। ਫਰਕ ਪੈ ਗਿਆ 12 ਸਾਲਾਂ 'ਚ ਨਾ। 12 ਸਾਲ ਪਹਿਲਾਂ ਮੋਢੇ ਤੋਂ ਪਕੜ ਕੇ ਕਿਹਾ ਸੀ, ਅੱਜ 12 ਸਾਲ ਬਾਅਦ ਉਹਦੇ ਚਰਨ ਪਕੜ ਲਏ, ਮੋਢੇ 'ਤੇ ਨਹੀਂ ਚਰਨ ਪਕੜੇ। ਅੱਜ ਜਿਹੜਾ ਸਵਾਲ ਪਹਿਲਾਂ ਇਹਨੇ ਕੀਤਾ, ਚਰਨ ਪਕੜੇ, ਉਹਦੇ ਨੇਤਰ ਖੁੱਲ੍ਹੇ ਅਤੇ ਸਾਧੂ ਨੇ ਪੁੱਛਿਆ ਤੂੰ ਕੌਣ? ਬਸ ਰੋ ਕੇ ਕਹਿੰਦਾ ਬਾਬਾ ਇਹ ਹੀ ਨਹੀਂ ਪਤਾ ਮੈਂ ਕੌਣ ਹਾਂ। 12 ਸਾਲ ਪਹਿਲਾਂ ਇਹ ਕਹਿ ਰਿਹਾ ਸੀ ਤੁਸੀਂ ਜਾਣਦੇ ਨਹੀਂ ਮੈਂ ਕੌਣ। ਉਹਨੇ ਕਿਹਾ ਜੀ ਤੂੰ ਕੌਣ? ਕਹਿੰਦਾ ਮੇਰੇ ਫਿਰ ਬੋਲਿਆ ਰੋ ਕੇ, ਕਹਿੰਦਾ ਮੈਂ ਉਹ ਮਹਾਂਮੂਰਖ ਜਿਹਨੂੰ ਵੇਦ ਚੇਤੇ, ਪੁਰਾਣ ਚੇਤੇ, ਸਿਮਰਤੀਆਂ ਚੇਤੇ, ਉਪਨਿਸ਼ਦ ਚੇਤੇ, ਜਿਹਨੇ ਲੋਕਾਂ ਨੂੰ ਚਰਚਾ ਕਰ ਕਰਕੇ ਜਿੱਤਿਆ, ਵੇ ਮਹਾਂਮੂਰਖ। ਉਹ ਸਾਧੂ ਦੀਆਂ ਅੱਖਾਂ 'ਚ ਪਾਣੀ ਆ ਗਿਆ। ਕਹਿੰਦਾ ਬਾਬਾ ਰਾਮ ਚੇਤੇ ਨਹੀਂ ਹੋਇਆ, 12 ਸਾਲ ਲੰਘ ਗਿਆ, ਰਾਮ ਚੇਤੇ ਨਹੀਂ ਹੋਇਆ, ਅੱਜ ਮੈਂ ਡੁੱਬਣ ਵਾਸਤੇ ਆਇਆ। ਕਹਿੰਦਾ ਸਾਧੂ ਨੇ ਨਾ ਉੱਠ ਕੇ ਸੀਨੇ ਨਾਲ ਲਾ ਕੇ ਕਿਹਾ ਬੇਟਾ, ਇੰਨੇ ਹੀ ਸ਼ਬਦ ਕਿਹਾ, ਦੂਜੀ ਕੋਈ ਸਦਰ ਨਹੀਂ ਕਹੀ, ਸੀਨੇ ਨਾਲ ਲਾ। ਕਹਿੰਦਾ ਬੇਟਾ ਅਬ ਕਭੀ ਨਹੀਂ ਭੁੱਲੇਗਾ। ਉਹਦੇ ਵਿੱਚ ਇੰਨਾ ਕਰੰਟ ਸੀ, ਰੋਮ ਰੋਮ 'ਚੋਂ ਰਾਮ ਰਾਮ ਦੀ ਸ਼ਬਦ ਦੀ ਆਵਾਜ਼ ਆਉਣ ਲੱਗ ਪਈ। ਮੈਂ ਸਿਰਫ ਇਸ ਕਰਕੇ ਕਹਾਣੀ, ਇਹ ਗਾਥਾ, ਇਹ ਚੰਗਿਆਂ ਦੀਆਂ ਉਦਾਹਰਨਾਂ ਲਈਏ ਨਹੀਂ ਪਿਆਰਿਓ, ਸਾਰੀ ਜ਼ਿੰਦਗੀ ਇਹ ਬੋਲੀ ਜਾਣਾ। ਭਗਤ ਜੀ ਕਹਿ ਰਹੇ, ਉਹਨਾਂ ਕਿਹਾ ਵੀ ਅਬ ਕਭੀ ਨਹੀਂ ਬੋਲੇਗਾ। ਉਹ ਬੜੇ ਵੱਡੇ ਮਹਾਤਮਾ ਹੋਏ ਆ ਗੁਰੂ ਅੰਗਦ ਸਾਹਿਬ ਜੀ। ਇਹ ਸਤਿਗੁਰੂ ਸਾਨੂੰ ਇੱਥੇ ਸਾਨੂੰ ਸਮਤ ਦੇ ਰਹੇ ਆ ਵੀ ਭਾਈ ਤੁਸੀਂ ਕਥਾ ਕਰਦੇ ਹੋ, ਗੁਰਬਾਣੀ ਦੀ ਚਰਚਾ ਕਰਦੇ ਹੋ, ਤੁਸੀਂ ਆਪਸ ਵਿੱਚ ਗੋਸ਼ਟੀਆਂ ਕਰਦੇ ਹੋ, ਪਰ ਇਹ ਤਾਂ ਦੱਸੋ ਜਪਦੇ ਕਿੰਨਾ ਕੁ ਹੋ, ਨਾਮ ਕਿੰਨਾ ਜਪਦੇ ਹੋ। ਇਹ ਭਗਤ ਸਾਹਿਬ ਦਾ ਸ਼ਬਦ ਕਿਆ ਪੜ੍ਹੀ ਹੈ, ਕਿਆ ਗੁਣੀਐ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ ਤੈ ਨਰ ਕਿਆ ਪੁਰਾਣ ਸੁਣ ਕੀ ਨਾ, ਜੋ ਸਹਿਜ ਨਾ ਮਿਲਿਓ ਸੋਈ ਹਰ ਕਾ ਨਾਮ ਨਾ ਜਪਸ ਗਾ ਵਾਰਾ, ਕਿਆ ਸੋਚੈ ਬਾਰੰਗ ਬਾਰਾ। ਹੁਣ ਅੱਗੇ ਉਦਾਹਰਨ ਕੀ ਦਿੱਤੀ, ਇਹ ਗੱਲ ਕਹਿ ਦੇਣੀ ਵੀ ਰਾਤ ਦਾ ਹਨੇਰਾ ਜਾਂ ਹਨੇਰਾ ਦੀਵੇ ਦੇ ਚਾਨਣ ਨਾਲ ਜਾਂਦਾ ਹੈ। ਫਿਰ ਬੇਨਤੀ ਹੈ, ਮੰਨ ਲਓ ਇਹ ਕਹਿ ਦਈਏ ਜੀ ਹਨੇਰੇ ਵਿੱਚ ਨਾ ਦੀਵਾ ਹੀ ਚਾਨਣ ਕਰਦਾ, ਇਹ ਥਿਊਰੀ ਹੈ। ਇਹ ਵੀ ਮੈਂ ਕਹੀ ਜਾਂ ਵੀ ਦੀਵੇ ਵਿੱਚ ਤੇਲ ਪਾ ਦਿਓ ਅਤੇ ਬੱਤੀ ਪਾ ਦਿਓ, ਉਹ ਉੱਤੇ ਚਾਨਣ ਲਾ ਦਿਓ, ਚਾਨਣ ਹੋ ਜਾਂਦਾ, ਹਨੇਰਾ ਚਲਾ ਜਾਂਦਾ। ਮੇਰੀ ਬੇਨਤੀ, ਮੈਂ ਸਾਰੀ ਜ਼ਿੰਦਗੀ ਹਨੇਰੇ 'ਚ ਖਲੋ ਕੇ ਦੀਵੇ ਦੀ ਵਿਆਖਿਆ ਕਰਦਾ ਰਹਾਂ, ਚਾਨਣ ਕਦੀ ਨਹੀਂ ਹੋਣਾ। ਬਹੁਤ ਬਰੀਕ ਬਚਨ ਕਿਹਾ ਭਗਤ ਜੀ ਨੇ।
ਕਹਿਣ ਲੱਗੇ ਅੰਧਿਆਰਾ ਦੀਪਕ ਚਾਹੀਏ, ਹਨੇਰੇ ਵਿੱਚ ਹਨੇਰੇ ਵਿੱਚ ਦੀਵੇ ਦੀ ਵਿਆਖਿਆ ਮਤ ਕਰ, ਜ਼ਿਆਦਾ ਹਨੇਰੇ ਵਿੱਚ ਦੀਵਾ ਬਾਲ ਲੈ। ਤੂੰ 10 ਘੰਟੇ ਦੀਵੇ ਦੀ ਵਿਆਖਿਆ ਕਰਨ ਦੀ ਬਜਾਏ ਸਿਰਫ 2 ਮਿੰਟਾਂ 'ਚ ਤੀਲੀ ਲਾ ਦੇ, 10 ਘੰਟੇ ਦੀ ਵਿਆਖਿਆ ਦੀ ਲੋੜ ਨਹੀਂ ਪੈਣੀ, ਕਿਉਂਕਿ ਚਾਨਣ ਆਪਣੀ ਵਿਆਖਿਆ ਆਪ ਹੀ ਕਰ ਜਾਂਦਾ ਹੈ। ਮਹਾਰਾਜ ਕਹਿ ਰਹੇ ਨੇ ਇਹ ਗੱਲ ਸੁਣ, ਅੰਧਿਆਰਾ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ, ਉਹ ਅਗੋਚਰ ਜਿਹੜੀ ਇੰਦਰੀਆਂ ਦੀ ਪਹੁੰਚ ਤੋਂ ਪੁੱਤ ਪਰੇ ਹੈ, ਉਹ ਵਸਤੂ ਅੰਧਿਆਰਾ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ। ਬਸਤ ਅਗੋਚਰ ਪਾਈ ਘੱਟ ਦੀਪਕ ਰਿਹਾ ਸਮਾਈ। ਜਿਹੜਾ ਦੀਵਾ ਬਲਨ ਦੀਆਂ ਉਦਾਹਰਨਾਂ ਦੇਣਾ ਇਹ ਉਹ ਆਪਣੇ ਉਂਝ। ਵੈਸੇ ਮਹਾਰਾਜ ਸੱਚੇ ਪਾਤਸ਼ਾਹ ਕਿਧਰ ਹੀ ਮੈਂ ਕਿਹਾ ਸੀ ਕਿ ਗੁਰਮੁਖੋ, ਕਿਉਂਕਿ ਜੇ ਸੰਗਤ ਵਿੱਚ ਬਾਣੀ ਦੇ ਅਭਿਆਸੀ ਹੋਣ ਨਾ, ਖੱਬੇ ਸੱਜੇ ਦੀ ਲੋੜ ਹੀ ਨਹੀਂ ਪੈਂਦੀ, ਗੁਰਬਾਣੀ ਆਪਣੀ ਵਿਆਖਿਆ ਆਪ ਹੀ ਕਰੀ ਜਾਂਦੀ ਹੈ। ਹਰ ਸ਼ਬਦ ਬਾਣੀ ਵਿੱਚ ਇੱਕ ਦੂਜੇ ਸ਼ਬਦ ਨੂੰ ਖੋਲੀ ਜਾ ਰਿਹਾ। ਹੁਣ ਆਹ ਸ਼ਬਦ ਸੀ ਅੰਧਿਆਰਾ ਦੀਪਕ ਚਾਹੀਏ, ਮੈਂ ਵੀ ਕਹਿ ਦਿੱਤਾ, ਅਰਥ ਕਰ ਦਿੱਤੇ ਵੀ ਦੀਵਾ ਚਾਹੀਦਾ, ਕਿਵੇਂ ਬਲੇ? ਇਹਦਾ ਉੱਤਰ ਬਾਬਾ ਜੀ ਨੇ ਦਿੱਤਾ, ਉੱਥੇ ਗ੍ਰੰਥਾਂ ਦਾ ਜ਼ਿਕਰ ਕੀਤਾ। ਇਹ ਸ਼ਬਦ ਆਉਂਦਾ ਸ੍ਰੀ ਰਾਗ 'ਚ, ਬਿਨ ਤੇਲ ਦੀਵਾ ਕਿਉਂ ਜਲੈ, ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਭਗਤ ਸਾਹਿਬ ਦੇ ਸ਼ਬਦ ਦੀ ਵਿਆਖਿਆ ਬਾਬਾ ਜੀ ਕਰ ਰਿਹਾ, ਬਿਨ ਤੇਲ ਦੀਵਾ ਕਿਉਂ ਜਲੈ, ਤੇਲ ਤੋਂ ਬਿਨਾਂ ਦੀਵਾ ਕਿਵੇਂ ਜਲੇਗਾ? ਅੱਗੇ ਮਹਾਰਾਜ ਕਹਿੰਦੇ ਜਲ ਸਕਦਾ ਪੋਥੀ ਪੁਰਾਣ ਕਮਾਈਏ, ਕਿ ਜੋ ਤੂੰ ਪੋਥੀਆਂ ਪੁਰਾਣ ਸੁਣ ਰਿਹਾ ਇਹਦੀ ਕਮਾਈ ਸ਼ੁਰੂ ਕਰ ਲੈ, ਇਹਨੂੰ ਮੰਨਣਾ ਸ਼ੁਰੂ ਕਰ ਦੇ ਪ੍ਰੈਕਟੀਕਲ ਨੂੰ ਜੀ। ਪੋਥੀ ਪੁਰਾਣ ਕਮਾਈਏ, ਭਉ ਵੱਟੀ ਇੱਤ ਤਨ ਪਾਈਏ। ਥੋੜ੍ਹੇ ਜਿਹੇ ਅਰਥ ਮੈਂ ਇਹਦੇ ਕਰ ਦੇਣਾ ਕਿ ਇਸ ਸਰੀਰ ਨੂੰ ਬਣਾ ਦੀਵਾ, ਅਤੇ ਜਿਹੜੀ ਪੋਥੀਆਂ ਦੀ ਪੁਰਾਣਾਂ ਦੀ ਗ੍ਰੰਥਾਂ ਦੇ ਜਿਹੜੇ ਸ਼ੁਭ ਉਪਦੇਸ਼ ਨੇ ਉਹਨੂੰ ਇਉਂ ਸਮਝ, ਇਹਦੇ ਵਿੱਚ ਤੇਲ ਪਾ ਦੇ ਉਸ ਸ਼ਬਦ ਨੂੰ। ਅਤੇ ਦੀਵੇ ਵਿੱਚ ਆਪਾਂ ਰੂੰ ਦੀ ਵੱਟੀ ਪਾਉਂਦੇ ਹਾਂ, ਕਹਿੰਦੇ ਨੇ ਅਰਦਾਸ ਕਰਿਆ ਕਰ ਹਉਮੈ ਤੋਂ ਬਚ ਜਾਏ, ਅਤੇ ਨਿਰਮਲ ਭਉ ਦੀ ਵੱਟੀ ਪਾ ਦੇ ਵਿੱਚ ਇਹਦੇ। ਫਿਰ ਬੇਨਤੀ ਸੁਣਿਓ, ਨਿਰਮਲ ਭਉ, ਮੈਂ ਕਈ ਵੀ ਇਹਦੀ ਵਿਆਖਿਆ ਉੱਥੇ ਵੀ ਉਦਣ ਕੀਤੀ ਸੀ, ਨਿਰਮਲ ਭਉ। ਨਿਰਮਲ ਭਉ ਐਸਾ ਹੈ ਜੀ ਜਿੱਥੇ ਬੰਦੇ ਨੂੰ ਦੂਜੇ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ, ਨਿਰਮਲ ਭਉ ਵਾਲਾ ਹਮੇਸ਼ਾ ਹੀ ਸ਼ਬਦ ਦੀ ਰੋਸ਼ਨੀ ਵੀ ਚੱਲਦਾ ਹੈ। ਪਰਮਾਤਮਾ ਤੋਂ ਡਰਨਾ, ਪੋਥੀ ਪੁਰਾਣ ਕਮਾਈਏ, ਭਉ ਵੱਟੀ ਇੱਤ ਤਨ ਪਾਈਏ, ਸੱਚ ਬੂਝਣ ਆਣ ਜਲਾਈਏ, ਭੈ ਦੀ ਵੱਟੀ ਪਾ, ਡਰ ਤੂੰ ਸ਼ਬਦ ਤੋਂ ਨਿਰਮਲ ਭਉ। ਅਤੇ ਇਹਦੇ ਵਿੱਚ ਸੱਚ ਬੂਝਣ, ਜਦੋਂ ਸਿਮਰਨ ਨਾਲ ਤੇਰੀ ਸਾਂਝ ਪੈ ਜਾਏ, ਗੁਰੂ ਤੈਨੂੰ ਗੁਰਮੰਤਰ ਦੀ ਦਾਤ ਦੇਵੇ, ਤੇਲ ਤੇਰੇ ਕੋਲ ਹੈ, ਬੱਤੀ ਤੇਰੇ ਕੋਲ ਹੈ, ਦੀਵਾ ਤੇਰਾ ਸਰੀਰ ਬਣ ਗਿਆ, ਗੁਰੂ ਜੀ ਜਦੋਂ ਨਾਮ ਦ੍ਰਿੜ ਕਰਾਂ ਨਾ, ਉਹ ਇਹੋ ਜਿਹੀ ਚਿਣਗ ਲਾ ਦਿੰਦਾ, ਇਹਦੇ ਵਿੱਚੋਂ ਹੀ ਰੋਸ਼ਨੀ ਪੈਦਾ ਹੋ ਜਾਂਦੀ ਹੈ। ਪੋਥੀ ਪੁਰਾਣ ਕਮਾਈਏ, ਭਉ ਵੱਟੀ ਇਹ ਤਨ ਪਾਈਏ, ਸੱਚ ਬੂਝਣ ਆਣ ਜਲਾਈਏ, ਇਹ ਤੇਲ ਦੀਵਾ ਇਉਂ ਜਲੈ, ਕਰ ਚਾਨਣ ਸਾਹਿਬ ਤੋ ਮਿਲੈ, ਇਹਦੇ ਵਿੱਚੋਂ ਚਾਨਣ ਕਹਿ। ਮੇਰੇ ਕਹਿਣ ਤੋਂ ਮੁਰਾਦ ਇੰਨੀ ਕੁ ਸੀ ਜੀ, ਗੁਰੂ ਸਾਹਿਬ ਨੇ ਭਗਤ ਜੀ ਨੇ ਇੱਥੇ ਕਿਹਾ, ਭਾਈ ਧਰਮ ਗ੍ਰੰਥ ਸੁਣ ਤੋਂ ਅਗਲੀ ਗੱਲ ਹੈ ਪ੍ਰੇਮਾ ਭਗਤੀ, ਉਹਦਾ ਸਿਮਰਨ। ਇੱਕ ਹੋਰ ਅਰਜ਼ ਵੇਖੋ ਜੀ, ਆਮ ਸੰਗਤ ਸਰੋਤਾ ਹੈ, ਸਾਰਿਆਂ ਬੁਲਾਰਿਆਂ ਨੂੰ ਪਤਾ ਹੈ, ਜਿੰਨੇ ਬੋਲਣੇ ਅਸੀਂ ਕਿੱਥੇ ਕਿੱਥੇ ਚਲਾਕੀ ਕਰਨੇ ਆ, ਕਿੱਥੇ ਕਿੱਥੇ ਆਪਾਂ ਗੱਲ ਕਰਨੇ ਆ,
ਸੱਚੀ ਇਹ ਚਲਾਕੀਆਂ ਨਾਲ ਦੁਨੀਆ ਰੀਹ ਸਕਦੀ ਏ। ਵਾਹਿਗੁਰੂ ਜੀ ਜਾਣਦੇ ਪਏ ਆ। ਇੱਕ ਸ਼ਬਦ ਰੋਜ਼ ਪੜਿਆ ਜਾਂਦਾ ਜਦੋਂ ਜਿੱਥੇ ਸੰਪੂਰਨ ਆਸਾ ਕੀ ਵਾਰ ਹੁੰਦੀ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਦੇਖੋ ਚ ਇਹ ਕੋਈ ਔਗਣ ਥੋੜਾ ਹੈ। ਇਹਦੇ ਵਿੱਚ ਕੋਈ ਰਾਗਾਂ ਨਾਲ ਉਹਨੂੰ ਗਾ ਰਿਹਾ, ਕੋਈ ਸੰਖ ਵਜਾ ਕੇ ਨਾਦ ਰਹੀ ਉਹਨੂੰ ਗਾ ਰਿਹਾ, ਕੋਈ ਬੇਦਾਂ ਰਹੀ ਗਾ ਰਿਹਾ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਪਰ ਇਹਦੇ ਵਿੱਚ ਕੋਈ ਨਹੀਂ ਕਿਹਾ ਵੀ ਕੋਈ ਗਾਣਾ ਗਾ ਰਿਹਾ। ਫਿਰ ਇਸ ਬਰੀਕੀ ਨੂੰ ਫਿਰ ਸੁਣਿਓ, ਉਹ ਗਾ ਰਿਹਾ ਬੋਧਕ ਤਲ ਤੇ ਬੇਦਾਂ ਦਾ ਪਤਾ ਹੈ, ਰਾਗ ਦਾ ਪਤਾ ਹੈ, ਜਿੰਨੇ ਸਾਜ ਨੇ ਸਾਜਾਂ ਦੀ ਜਾਣਕਾਰੀ ਹੈ। ਪਰ ਗੁਰੂ ਸਾਹਿਬ ਕਹਿੰਦੇ ਇੰਨਾ ਕੁਝ ਕਰਨ ਦੇ ਬਾਵਜੂਦ ਪਰਮਾਤਮਾ ਰੀਝਿਆ ਨਹੀਂ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਕਿਉਂ ਨਹੀਂ ਭੇਜਿਆ ਜੀ? ਇੰਨੀ ਬੋਧਕ ਤੌਲ ਤੇ ਗਿਆਨ ਕਹਿਣ ਲੱਗੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀ ਚੈ। ਅਭਿਆਸ ਹੈ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ, ਉਹਨਾਂ ਦੇ ਰੋਣ ਨਾਲ ਕੀ ਹੋਜੂਗਾ? ਕਿਉਂਕਿ ਇਮੋਸ਼ਨਲ ਹੋ ਕੇ ਬੰਦਾ ਸੰਗਤ ਵਿੱਚ ਬੋਲਦਾ ਵੀ ਰੋ ਪੈਂਦਾ ਹੈ, ਗਾਉਂਦਾ ਵੀ ਰੋ ਪੈਂਦਾ ਹੈ। ਮੈਂ ਇੱਕ ਵਾਰ ਇੱਥੇ ਆਪ ਜੀ ਨੂੰ ਕਿਹਾ ਸੀ, ਆਹ ਗਰਮੀਆਂ ਦੇ ਦਿਨ ਨੇ, ਸਟੀਲ ਦੇ ਜੱਗ ਦੇ ਵਿੱਚ ਬਰਫ਼ ਪਾਓ, ਉਹਦੇ ਕਿਨਾਰਿਆਂ ਉੱਤੇ ਵੀ ਬਾਹਰ ਪਾਣੀ ਦੇ ਤੁਪਕੇ ਆ ਜਾਂਦੇ ਆ, ਸਟੀਲ ਨਰਮ ਥੋੜ੍ਹਾ ਹੋ ਗਿਆ, ਮੈਟਲ ਨਰਮ ਨਹੀਂ ਹੋਇਆ। ਕਈ ਵਾਰੀ ਸੱਚੀ ਅਭਿਆਸ ਕਰਦੇ ਹਾਂ ਵੀ ਗੁਰਮੁਖ ਦੱਸਦੇ ਹੁੰਦੇ ਆ ਵੀ ਬੰਦਾ ਰੋ ਪੈਂਦਾ, ਬਾਹਰ ਨਿਕਲਦਾ, ਅੰਦਰ ਦੀ ਵਾਸ਼ਨਾ ਫਿਰ ਉਸੇ ਤਰ੍ਹਾਂ ਹਨੇਰੀ, ਉਹ ਵਕਤੀ ਤੌਰ ਚੱਲ ਰਿਹਾ। ਹਜ਼ੂਰ ਨੇ ਫਰਮਾਇਆ, ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਹਰ ਕਰਤਾ ਸਭ ਕਿਛ ਜਾਣਦਾ, ਸਿਰ ਰੋਗ ਹੱਥ ਦੀਜੈ, ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸ਼ੁੱਧ ਹੈ। ਜਿਸ ਗੁਰਮੁਖ ਦਾ ਹਿਰਦਾ ਪਵਿੱਤਰ ਹੈ, ਵਾਸ਼ਨਾ ਤੋਂ ਰਹਿਤ ਹੈ, ਪਿਆਰਿਓ ਵਾਹਿਗੁਰੂ ਦੀ ਪ੍ਰੇਮਾ ਭਗਤੀ ਉਹਦੇ ਵਿੱਚ ਟਿਕਦੀ ਹੈ। ਇੱਥੇ ਮਹਾਰਾਜ ਸਾਨੂੰ ਕਹਿ ਰਿਹਾ, ਗਿਆਨ ਹੀ ਆਖਰੀ ਮੰਜ਼ਿਲ ਨਹੀਂ ਬੋਧਕ, ਅੱਗੇ ਵੱਧ ਤੂੰ ਪ੍ਰੇਮਾ ਭਗਤੀ ਕਰ। ਜਿਨ੍ਹਾਂ ਨਾਨਕ ਗੁਰਮੁਖ ਗੁਰਮੁਖਾਂ ਦਾ ਹਿਰਦਾ ਪਵਿੱਤਰ ਹੈ, ਹਰ ਭਗਤ ਹਰ ਲੀਜੈ, ਉਸ ਹਿਰਦੇ ਵਿੱਚ ਭਗਤੀ ਟਿਕਦੀ ਹੈ। ਇਹ ਗੱਲ ਹੋਰ ਥੋੜ੍ਹੀ ਜਿਹੀ ਕਰਦਿਆਂ ਕੋਲੋਂ ਮੈਂ ਚਾਹੁੰਦਾ ਸਮੇਂ 'ਚ ਮੈਂ ਸਮਾਪਤੀ ਕਰਾਂ। ਕਈ ਵਾਰੀ ਖਿਆਲ ਉੱਚੇ ਹੋ ਜਾਂਦੇ ਆ ਬੋਲਣ ਕਰਕੇ, ਪਰ ਸੁਰਤ ਉੱਚੀ ਨਹੀਂ ਹੁੰਦੀ। ਆਪਾਂ ਕਹਾਂ ਜੀ ਬੰਦੇ ਦੇ ਖਿਆਲ ਬੜੇ ਉੱਚੇ ਆ ਜੀ, ਠੀਕ ਹੈ, ਖਿਆਲ ਪੜ੍ਹ ਕੇ ਵੀ ਉੱਚੇ ਹੋ ਜਾਂਦੇ ਆ, ਪਰ ਸੁਰਤ ਦਾ ਉੱਚਾ ਹੋਣਾ, ਮਤ ਦਾ ਉੱਚਾ ਹੋਣਾ ਰੱਬ ਦੀ ਕਿਰਪਾ ਹੈ। ਖਿਆਲ ਉੱਚੇ ਹੁੰਦੇ ਆ, ਖਿਮਾ ਕਰ ਦਿਓ, ਮਤ ਨੀਵੀਂ ਹੁੰਦੀ ਹੈ। ਇਹਨੂੰ ਸਮਝ ਲਈ, ਇਹ ਵੀ ਪੜ੍ਹਾਈ ਨਾਲ ਸੰਬੰਧਿਤ ਹੈ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਕਵਿਤ ਹੈ, ਕਿਉਂਕਿ ਆਪਾਂ ਉਦਾਹਰਨਾਂ ਸਾਰੀਆਂ ਬਾਣੀ 'ਚੋਂ ਲੈ ਰਹੇ ਹਾਂ, ਸਿਰਫ ਇੱਕੋ ਤੁਕ 'ਤੇ ਮੈਂ ਅਰਜ਼ ਕਰ ਰਿਹਾ, ਤੈ ਨਰ ਕਿਆ ਪੁਰਾਣ ਸੁਣ ਕੀ ਨਾ। ਜਿਹੜੀ ਮਾਲਾ ਹੈ, ਇਹ ਉਦਾਹਰਨ ਲਈ ਭਾਈ ਸਾਹਿਬ ਨੇ, ਚਲੋ ਜਾਂ ਆਪਣੇ 'ਚ ਵੀ ਸੱਜਣ ਕਈ ਮਾਲਾ ਪਕੜ ਕੇ, ਸਿਮਰਨਾ ਪਕੜ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਆ ਨਾ ਜੀ, ਅਤੇ ਕਈ ਆਪਾਂ ਵਿਰੋਧ ਵੀ ਕਰਦੇ ਹਾਂ। ਮਾਲਾ ਵਿਖਾਵੇ ਲਈ ਹੁੰਦੀ ਮਾਲਾ ਬੰਦਗੀ, ਜੇ ਕਮਾਉਣਾ ਵੀ ਹੈ ਨਾ। ਹੁਣ ਜੇ ਮੈਂ ਵਾਹਿਗੁਰੂ ਬਖਸ਼ ਦਿਆ, ਜੇ ਨਿੰਦਿਆਲ ਕਹੋਗੇ ਵੀ ਪ੍ਰੇਮਾ ਭਗਤੀ ਗੱਲ ਕਰਦੇ ਆ, ਇੱਥੇ ਮਾਲਾ, ਇੱਥੇ ਵੀ ਮਾਲਾ, ਇੱਥੇ ਮਾਲਾ, ਹੈ ਇਸ ਤਰ੍ਹਾਂ ਰੱਬ ਨਹੀਂ ਰੀਤਾ। ਉਹਨਾਂ ਮਾਲਾ ਜਦੋਂ ਸ਼ੁਰੂ ਲਈਆਂ, ਕਿਉਂਕਿ ਜਦੋਂ ਅਭਿਆਸ ਸ਼ੁਰੂ ਕਰਾਂਗੇ ਨਾ ਜੀ, ਸਭ 'ਤੇ ਨਹੀਂ ਟੁੱਕਦਾ,
ਇਹ ਕਹਿ ਦਿਓ ਜੀ ਮੈਂ ਅੱਧਾ ਘੰਟਾ ਬਹਿ ਕੇ ਸਿਮਰਨ ਕਰਨਾ ਪਹਿਲੇ ਦਿਨ। ਸੱਚੀ ਜੇ ਇਹ ਮਨ ਇੰਨਾ ਵੈੜਾ ਹੈ, 10 ਕੁ ਮਿੰਟ ਬਾਅਦ ਘੜੀ ਵੇਖਣ ਲੱਗ ਪੈਂਦਾ ਅੱਧਾ ਘੰਟਾ ਹੋਇਆ ਕਿ ਨਹੀਂ, ਚੱਲ ਨਹੀਂ ਰਿਹਾ ਜੀ। ਜੇ ਉਹਨੂੰ ਕਹਿ ਦਿੰਦਾ ਵੀ ਆਹ ਮਾਲਾ, ਪਹਿਲਾਂ ਪੁਰਾਣੇ ਸਮੇਂ ਗੁਰਮੁਖੀ ਕਹਿੰਦੇ ਸਨ ਮਾਲਾ ਆਖਰੀ ਮੰਜ਼ਲ ਨਹੀਂ, ਸੱਚੇ ਵੇ ਮਣਕਾ ਪਕੜ ਕੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਜਦੋਂ ਰਸਨਾ ਮਣਕਾ ਬਣ ਜਾ ਉਦੋਂ ਮਾਲਾ ਛੁੱਟ ਜਾਂਦੀ ਹੈ। ਮੈਂ ਫਿਰ ਬੇਨਤੀ ਕਰਾਂਗਾ, ਮੈਂ ਵਿਖਾਵੇ ਲਈ ਨਹੀਂ ਕਹਿ ਰਿਹਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਕਹਿੰਦੇ ਮੇਰੀ ਤਾਂ ਨਿੱਕੀ ਜਿਹੀ ਸਿਮਰਨੀ ਜਵਾਨੀ ਬਣ ਗਈ, ਜਿਵੇਂ ਮਾਲਾ ਨੂੰ ਸਿਮਰਨੀ ਨੂੰ ਪਕੜਿਆ ਮਣਕੇ 'ਤੇ ਹੱਥ ਜਾਏ ਅਤੇ ਵਾਹਿਗੁਰੂ ਕਹਿਣ ਲੱਗੇ ਮਣਕਾ ਛੁੱਟ ਗਿਆ, ਹੁਣ ਰਸਨਾ ਹੀ ਵਾਹਿਗੁਰੂ ਵਾਹਿਗੁਰੂ ਸਿਮਰਨੀ ਬਣ ਗਈ। ਇਹ ਇਹ ਗੇੜੇ ਦੇ ਰੀਖ ਹੈ। ਉਂਝ ਪੁਰਾਣੇ ਸਮੇਂ ਕੀ ਕਰਦੇ ਸਨ, ਇਹ ਗੁਰੂ ਗ੍ਰੰਥ ਸਾਹਿਬ 'ਚ ਤੋਕ ਹੁੰਦੀ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਕਰਾਂ ਉੱਪਰ ਹਰ ਚੇਤਿਆ ਹੱਥ ਉੱਤੇ। ਅੱਜ ਕੱਲ੍ਹ ਤਾਂ ਮੋਬਾਈਲ ਫੋਨ 'ਚ ਵੀ ਮਾਲਾ ਆ, ਹੱਥ ਉੱਤੇ ਵੀ ਕਈ ਸੱਜਣਾਂ ਦੇ ਪਾਇਆ ਹੁੰਦਾ, ਉਹ ਮੈਂ ਕਹਿੰਦਾ ਜਿਹੜੀ ਅੱਜ ਕੱਲ੍ਹ ਚੱਲਦੀ ਹੈ ਬੈਟਰੀ ਨਾਲ। ਗੁਰਮੁਖਾਂ ਕਰਾਂ ਉੱਪਰ ਚੇਤਿਆ ਦੇ ਅਰਥ ਸਾਰਿਆਂ ਵੱਖਰੇ ਵੱਖਰੇ ਕੀਤੇ, ਅਸਲ 'ਚ ਕੀ ਹੈ, ਅਭਿਆਸ ਕਰਨ ਲਈ ਮੈਂ ਕਹਿ ਰਿਹਾ। ਇਹਨੂੰ ਵਾਹਿਗੁਰੂ ਜੀ ਕੱਲ੍ਹ ਨੂੰ ਕੋਈ ਕੱਟ ਵੱਢ ਕੇ ਮਨਮਤ 'ਚ ਨਾ ਤੋਰਿਓ। ਹੁਣ ਜੇ ਜੀ ਮੈਂ ਤਾਂ ਕਦੀ ਨਹੀਂ ਕਹਿੰਦਾ ਵੀ ਗਿਣਤੀਆਂ ਨਾਲ ਰਮ ਮਿਲਦਾ, ਪਰ ਮਰਿਆਦਾ ਵਾਲੀ ਗਿਣਤੀ ਤਾਂ ਹੁੰਦੀ ਹੈ। ਬਾਣੀਆਂ ਤਾਂ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਨੇ, ਪਰ ਇਹ ਤਾਂ ਕਿਹਾ ਜਾਂਦਾ ਅੰਮ੍ਰਿਤਧਾਰੀ 5 ਬਾਣੀਆਂ ਦਾ ਨਿਤਨੇਮ ਕਰੇ ਸਵੇਰੇ, ਗਿਣਤੀ ਨਹੀਂ ਆਈ ਹੈ। 2 ਦਾ ਸ਼ਾਮ ਨੂੰ ਕਰੇ ਨਿਤਨੇਮ, ਉਹ ਇਸ ਕਰਕੇ ਭਾਈ ਚੱਲ ਪਵੇ। ਉਹ ਹੁਣ ਕਈ ਬੰਦੇ 108 ਮਣਕੇ ਦੀ ਮਾਲਾ ਹੁੰਦੀ ਹੈ, 27 ਦੀ, 54 ਜੀ, ਇਸ ਤਰ੍ਹਾਂ ਹੀ ਉਹ ਨਹੀਂ ਮਾਲਾ ਵਰਤਦੇ, ਉਹ ਚੁੱਪ ਕਰਕੇ ਬੈਠੇ ਹੁੰਦੇ ਆ, ਸੰਗਤ 'ਚ ਹੀ ਬੈਠੇ ਹੁੰਦੇ ਆ ਵੀ ਮੈਂ ਇੰਨਾ ਪਾਠ ਪੂਰਾ ਕਰਨਾ, ਕਿਉਂਕਿ ਗੁਰਮੁਖੋ ਨੇਮ ਤੋਂ ਬਿਨਾਂ ਪ੍ਰੇਮ ਨਹੀਂ ਪੈਦਾ ਹੁੰਦਾ, ਪ੍ਰੇਮ ਤੋਂ ਬਿਨਾਂ ਨੇਮ ਨਹੀਂ ਨਿਭਦੇ ਹੁੰਦੇ। ਉਹ ਕੀ ਕਰਦੇ ਆ, ਹੱਥ ਦੇ ਆ 12 ਪੋਟੇ ਨੇ ਜੀ, 12 ਨੇ ਨਾ ਆਪਾਂ ਗਿਣਨੇ, ਉਹ ਇੱਕ 'ਤੇ ਮੂਲ ਮੰਤਰ ਕੀਤਾ, ਦੂਜੇ 'ਤੇ ਆ ਗਏ, ਇੱਧਰ ਉਹ 12 ਕਰ ਲਈ, ਇੱਧਰ 1 ਕਰ ਲੈਂਦੇ ਆ, ਇੱਧਰ ਜਦੋਂ 12 ਹੋ ਗਏ ਇੱਧਰ 2 ਕਰ ਲਏ, ਇੱਧਰ ਜਦੋਂ 9 ਹੁੰਦੇ ਨੇ ਉਹ 108 ਬਣ ਕੇ ਆਪੇ ਪੂਰੇ ਹੋ ਜਾਂਦੇ। ਪਰ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ, ਉਦਾਹਰਣ ਦੇਣ ਤੋਂ ਪਹਿਲਾਂ, ਕਈ ਵਾਰੀ ਗਿਆਨ ਕਰਕੇ ਖਿਆਲ ਬਹੁਤ ਉੱਚੇ ਹੁੰਦੇ ਆ, ਪਰ ਜੀਵਨ ਪੱਖੋਂ ਅਤੇ ਸੁਰਤ ਪੱਖੋਂ ਸੱਚੀ ਮੁੱਚੀ ਮਾਤਾ ਭ੍ਰਿਸ਼ਟ ਹੁੰਦੀ। ਭਾਈ ਸਾਹਿਬ ਨੇ ਕਿਹਾ ਇਹਦੇ ਬਾਰੇ ਜੋ ਧਰਮ ਗੱਲ ਦੀ ਕਰ, ਉਹ ਕਹਿੰਦੇ ਮਾਲਾ ਦੇ ਮਣਕੇ ਕੋਈ ਰਾਮ ਬੋਲਦਾ ਪਕੜ ਕੇ, ਪਰ ਜਿਹੜਾ ਮੇਰੂ ਮਣਕਾ ਹੁੰਦਾ ਨਾ ਜਿਹੜਾ ਸਭ ਤੋਂ ਉੱਚਾ, ਉਹ ਜਦੋਂ ਉੱਤੇ ਫੁੰਮਣ ਨਹੀਂ ਬੰਨਿਆ ਹੁੰਦਾ, ਉਹ ਕਦੀ ਗਿਣਤੀ 'ਚ ਨਹੀਂ ਆਉਂਦਾ। ਜਿਹੜੇ ਮਾਲਾ ਬਾਰੇ ਚੰਗੀ ਤਰ੍ਹਾਂ ਜਾਣਦੇ ਆ ਨਾ, ਕਦੀ ਵੀ ਉਹ ਜਿਹੜਾ, ਮੈਂ ਵਾਹਿਗੁਰੂ ਇਹਨੂੰ ਇਹ ਨਹੀਂ ਕਹਿ ਰਿਹਾ ਵੀ ਰਹਿਤ ਮਰਿਆਦਾ 'ਚ ਲਿਖਿਆ, ਮੇਰੇ ਹੱਥ ਜੋੜ ਕੇ ਬੇਨਤੀ 'ਚ ਮੈਂ ਰਿਪੀਟ ਕਰ ਰਿਹਾ ਆਪਣੇ ਆਪ ਨੂੰ ਇਸ ਗੱਲ ਨੂੰ। ਉਹ ਕੀ ਕਰਦੇ ਆ, ਉਹ ਜਿਹੜਾ ਮਾਲਾ ਦਾ ਮਣਕਾ ਮੇਰੂ ਏ, ਉਹ ਕਦੀ ਗਿਣਤੀ 'ਚ ਨਹੀਂ ਆਉਂਦਾ, ਅਤੇ ਮੇਰੂ ਮਣਕੇ ਨੂੰ ਦੂਜੇ ਮਣਕੇ ਛੋਟੇ ਹੁੰਦੇ ਆ, ਮੋਟਾ ਮਣਕਾ ਮੇਰੂ। ਭਾਈ ਸਾਹਿਬ ਕਹਿੰਦੇ ਆ ਦੇਖੀ ਹੋਏ ਕਿਤੇ ਪੜ੍ਹ ਪੜ੍ਹ ਕੇ ਮੇਰੂ ਮਣਕਾ ਨਾ ਬਣ ਜਾਈ, ਤੈਨੂੰ ਸੁਣਨ ਵਾਲੇ ਅਤੇ ਰੱਬ ਦੀ ਗਿਣਤੀ 'ਚ ਆ ਜਾਣ, ਅਤੇ ਤੂੰ ਗਿਣਤੀ ਤੋਂ ਬਾਹਰ ਹੀ ਨਾ ਕਿਤੇ ਹੋ ਜਾਈ। ਪੜ੍ਹਿਆ ਜ਼ਰੂਰ ਹੈ, ਬੋਲਿਆ ਜ਼ਰੂਰ ਹੈ, ਪਰ ਸਭ ਤੋਂ ਮੋਟਾ ਮਣਕਾ, ਸਭ ਤੋਂ ਉੱਚਾ ਮਣਕਾ, ਮੇਰੂ ਮਣਕਾ ਕਦੀ ਗਿਣਤੀ 'ਚ ਨਹੀਂ ਆਉਂਦਾ। ਮੈਂ ਫਿਰ ਅਰਜ਼ ਕਰਾਂ, ਉੱਚਾ ਜ਼ਰੂਰ ਹੈ ਪਰ ਗਿਣਤੀ 'ਚ ਕੋਈ ਨਹੀਂ। ਭਾਈ ਸਾਹਿਬ ਦੂਜੀ ਗੱਲ ਕਹਿੰਦੇ ਆ, ਸਿੰਬਲ ਦਾ ਰੁੱਖ ਉੱਚਾ ਜ਼ਰੂਰ ਹੈ ਪਰ ਬੇਰਸ ਹੈ, ਫਿੱਕਾ, ਕਿਸੇ ਕੰਮ ਨਹੀਂ ਆਉਂਦਾ ਪਿਆ। ਉੱਚਾ ਹੈ
ਪਰ ਕੀ ਕਰਾਂਗੇ, ਉੱਚਾਈ ਨੂੰ ਫਿੱਕਾਪਨ ਤਾਂ ਉਹਦੇ ਕੋਲ ਹੈ। ਤੀਸਰੀ ਗੱਲ ਕੀਤੀ ਉਹ ਪਿਆਰਿਓ, ਆ ਕਬੂਤਰ ਚਿੜੀਆਂ ਕਾਵਾਂ ਨਾਲੋਂ ਨਾ ਸਭ ਤੋਂ ਉੱਚੀ ਇੱਲ ਉੱਡਦੀ ਹੈ। ਰੱਬ ਨੇ ਉਡਾਰੀ ਉੱਚੀ ਦਿੱਤੀ ਹੈ, ਮੱਤ ਤਾਂ ਬੜੀ ਗੰਦੀ ਦਿੱਤੀ ਹੈ ਨਾ, ਇੰਨੀ ਉੱਚੀ ਉੱਡ ਕੇ ਵੀ ਮਰੇ ਹੋਏ ਪਿੰਜਰ ਜਿਹੜੇ ਨੇ, ਹੱਡੋ ਰੋੜੀ ਕਹਿ ਲਓ ਪੁਰਾਣੇ ਸ਼ਬਦ, ਮਰੇ ਹੋਏ ਪਿੰਜਰਾਂ 'ਤੇ ਆ ਕੇ ਬੈਠਦੀ ਹੈ। ਕਈ ਵਾਰੀ ਮਹਾਰਾਜ ਕਹਿੰਦੇ ਬੰਦਾ ਕਥਾ ਵੀ ਕਰਦਾ, ਕੀਰਤਨ ਵੀ ਕਰਦਾ, ਪਾਠ ਵੀ ਕਰਦਾ, ਬੜਾ ਕੌੜਾ ਸੱਚ ਹੈ, ਧਰਮ ਦਾ ਲਿਬਾਸ ਵੀ ਪਾਉਂਦਾ, ਪਰ ਸੁਰਤ ਦੇ ਤੌਰ 'ਤੇ ਗਿਰਜ ਦੀ ਤਰ੍ਹਾਂ ਤੁਰਿਆ ਫਿਰਦਾ, ਵਾਸ਼ਨਾ ਦੀ ਗੰਦਗੀ ਵਿੱਚ ਹੀ ਚੁੰਝ ਮਾਰਦਾ ਹੈ। ਇਹ ਮਹਾਰਾਜ ਕਹਿ ਰਿਹਾ ਵੀ ਤੂੰ ਪੜ੍ਹ ਰਿਹਾ ਹੈ, ਤੂੰ ਪ੍ਰੇਮਾ ਭਗਤੀ ਜੁੜ। ਭਾਈ ਸਾਹਿਬ ਦਾ ਬਚਨ ਹੈ, ਜੈਸੇ ਮਾਲਾ ਮੇਰ ਪੋਈਅਤ ਸਭ ਉਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਬਡਾਈ ਕਹਿ, ਜੈਸੇ ਬਿਰਖਨ ਬਿਖੈ ਪੇਖੀਐ ਸਿੰਬਲ ਉੱਚੋ, ਨੇਫਲ ਭਇਓ ਸੋ ਅਤ ਅਧਕਾਈ ਕਹਿ, ਜੈਸੇ ਚੀਲ ਉੜਤਾ ਆਕਾਸ਼ ਚਾਰੀ, ਹੇਰਾ ਮ੍ਰਿਤ ਪਿੰਜਰਨ ਉੱਚੇ ਮਤ ਪਾਏ ਕਹਿ, ਗਾਏਬੋ ਬਜਾਏਬੋ ਸੁਣਾਏਬੋ ਨਾ ਕਛੂ ਤੈਸੇ। ਤੂੰ ਗਾ ਵੀ ਲੈ ਸ਼ਬਦ, ਤੂੰ ਵਜਾ ਵੀ ਲੈ ਸਭ ਕੁਝ, ਤੂੰ ਸੁਣਾਈ ਵੀ ਜਾ। ਕਿਉਂ? ਕਹਿਣ ਲੱਗੇ ਅਸਲ 'ਚ ਕਿ ਤੇਰੀ ਜਿਹੜੀ ਮੱਤ ਹੈ ਸਿਰਫ ਚਤਰਾਈ ਵਰਤਣੇ, ਤੈਸੇ ਗਾਏਬੋ ਬਜਾਏਬੋ ਸੁਣਾਏਬੋ ਨੋ ਤੈਸੇ, ਉਹ ਸਿਰਫ ਤੇਰੀ ਤਰੀਕ ਹੈ ਉਸ ਚਤਰਾਈ ਨੂੰ ਜਿਹੜੀ ਤੂੰ ਕਮਾ ਨਹੀਂ ਰਿਹਾ। ਮੈਂ ਇਹ ਇੱਕ ਵਾਰ ਕਿਹਾ ਸੀ, ਵੈਸੇ ਤਾਂ ਤਕਰੀਬਨ ਸਾਰੇ ਕਹਿੰਦੇ ਆ ਵੀ ਭਾਈ ਮਰਦਾਨਾ ਜੀ ਦਾ ਸ਼ਗਿਰਦ ਸੀ ਹਰੀਦਾਸ, ਹਰੀਦਾਸ ਦਾ ਸ਼ਗਿਰਦ ਤਾਨਸੈਨ, ਉਸ ਪ੍ਰਿੰਸੀਪਲ ਸਤਵੀਰ ਸਿੰਘ ਹੋਣਾ ਨੇ ਉਹ ਵਿੱਚ ਦੇ ਵੀ ਦਿੱਤੀ ਕਲਕੱਤੇ ਦੀ ਯੂਨੀਵਰਸਿਟੀ ਫਲਾਣੀ ਫਾਈਲ ਨੰਬਰ, ਪਰ ਉਹ ਮੇਰੇ ਮਨ ਵਿੱਚ ਵੀ ਸੀ ਪਰ ਅਸਲ 'ਚੋਂ ਕੋਈ ਨਹੀਂ ਮਿਲੀ ਨਹੀਂ ਕੋਈ ਜੀ। ਇੱਕ ਦੰਦ ਕਥਾ ਹੀ ਹੈ ਜੀ ਕਿ ਮਰਦਾਨਾ ਤੋਂ ਹਰੀਦਾਸ ਨੇ ਸਿੱਖਿਆ, ਹਰੀਦਾਸ ਤੋਂ ਤਾਨਸੈਨ ਨੇ, ਪਰ ਹਰੀਦਾਸ ਭਜਨ ਗਾਉਂਦੇ ਸਨ, ਤਾਨਸੈਨ ਅਤੇ ਬੈਜੂ ਬਾਬਰਾ ਇਹ ਦੋਨੋਂ ਹਰੀਦਾਸ ਦੇ ਸ਼ਗਿਰਦ ਸਨ। ਤਾਨਸੈਨ ਨੌ ਰਤਨਾ ਸੀ ਅਕਬਰ ਦਿਆਂ, ਉਹਨੇ ਇੱਕ ਦਿਨ ਗਾਇਆ ਸੀ ਅਤੇ ਅਕਬਰ ਨੇ ਆਪਣਾ ਕੈਂਠਾ ਲਾ ਕੇ ਦਿੱਤਾ ਸੋਨੇ ਦਾ, ਅਤੇ ਨਾਲ ਉਹਨੇ ਕੈਂਠਾ ਦੇ ਕੇ ਕਿਹਾ ਤਾਨਸੈਨ ਤੇਰੇ 'ਤੇ ਆ ਕੇ ਸੰਗੀਤ ਖਤਮ ਹੋ ਜਾਂਦਾ, ਤੇਰੇ ਤੋਂ ਅੱਗੇ ਕੁਛ ਨਹੀਂ। ਤਾਨਸੈਨ ਉੱਥੇ ਇਮਾਨਦਾਰੀ ਵਰਤੀ ਬਈ, ਕਹਿੰਦਾ ਪਤਾ ਨਹੀਂ ਅੰਦਰੋਂ ਆਵਾਜ਼ ਆਈ ਮਨਾ ਤੇਰਾ ਗੁਰੂ ਅਜੇ ਮੌਜੂਦ ਹੈ, ਕਹਿੰਦਾ ਮੈਂ ਜਾਂ ਆਪਣਾ ਸੱਚ ਦੱਸਾਂ, ਮੈਂ ਕੁਛ ਵੀ ਨਹੀਂ, ਜੋ ਮੇਰਾ ਗੁਰੂ ਹੈ ਉਹ ਬਹੁਤ ਅੱਗੇ ਹੈ। ਅਕਬਰ ਕਹਿੰਦਾ ਵੀ ਮੈਂ ਤੇਰੇ ਗੁਰੂ ਨੂੰ ਸੁਣਨਾ ਚਾਹੁੰਦਾ, ਹਰੀਦਾਸ ਜੀ ਦੀ ਖਿਆਤੀ ਵੀ ਬਹੁਤ ਸੀ, ਸੁਣਨਾ ਚਾਹੁੰਦਾ। ਤਾਨਸੈਨ ਕਹਿੰਦਾ ਮੇਰਾ ਗੁਰੂ ਰਾਜਿਆਂ ਦੇ ਦਰਬਾਰਾਂ 'ਚ ਨਹੀਂ ਗਾਉਂਦਾ, ਰਾਜ ਦਰਬਾਰਾਂ 'ਚ ਨਹੀਂ ਗਾਉਂਦਾ, ਹਾਂ ਗਾਉਂਦਾ ਜ਼ਰੂਰ ਹੈ, ਅੱਧੀ ਰਾਤ ਤੋਂ ਬਾਅਦ ਗਾਉਂਦਾ, ਆਪਣੀ ਮੌਤ 'ਚ ਗਾਉਂਦਾ, ਆਪਣੀ ਝੌਂਪੜੀ 'ਚ ਗਾਉਂਦਾ। ਕਿਹਾ ਜਾਂਦਾ ਵੀ ਅੱਧੀ ਰਾਤ ਤੋਂ ਬਾਅਦ, ਮੈਂ ਜੋ ਅਸੀਂ ਘਟਨਾ ਪੜ੍ਹਦੇ ਸੁਣਦੇ ਹਾਂ ਕਿ ਤਾਨਸੈਨ ਅਤੇ ਅਕਬਰ ਗਏ, ਹਰੀਦਾਸ ਉੱਠੇ, ਇਸ਼ਨਾਨ ਕੀਤਾ ਯਮੁਨਾ 'ਚ, ਝੌਂਪੜੀ 'ਚ ਬੈਠ ਕੇ ਆਪਣੀ ਸਾਜ ਲੈ ਕੇ ਤੰਤੀ ਤਾਰਾ ਉਹ ਇੱਕ ਤਾਰੇ ਨਾਲ ਗਾਉਣ ਲੱਗ ਪਏ। ਕਮਾਲ ਦੀ ਗੱਲ, ਉਹ ਹੀ ਰਾਗ ਗਾਇਆ ਜਿਹੜਾ ਤਾਨਸੈਨ ਗਾ ਕੇ ਅਕਬਰ ਨੂੰ ਪ੍ਰਭਾਵਿਤ ਕੀਤਾ ਸੀ, ਪਰ ਉਹ ਭਜਨ ਗਾ ਰਹੇ ਸਨ ਉਹਨਾਂ ਦੇ ਗਾਉਣ ਦਾ। ਅਤੇ ਇੱਕ ਗੱਲ ਪੱਕੀ ਜੇ ਗੁਰਮੁਖੋ, ਗਾਉਣ ਵਾਲਾ ਬੋਲਣ ਵਾਲਾ ਜਿੰਨਾ ਅੰਦਰੋਂ ਪਵਿੱਤਰ ਹੋਵੇਗਾ ਓਨੀ ਦੂਰ ਤੱਕ ਉਹਦੀਆਂ ਤਰੰਗਾਂ ਅਸਰ ਕਰਨਗੀਆਂ। ਮਹਾਰਾਜ ਨੇ ਕਿਹਾ ਕਬੀਰ ਸੋਈ ਮੁੱਖ ਧਨ ਹੈ, ਜੇ ਮੁਕਈਐ ਰਾਮ ਦੇਹੀ ਕਿਸ ਕੀ ਵਾਪਰੀ, ਪਵਿੱਤਰ ਹੋਏਗੋ ਗ੍ਰਾਮ। ਉਹਨਾਂ ਨੇ ਗਾਇਆ, ਸੱਚੀ ਮੁੱਚੀ ਅਕਬਰ ਜਿਵੇਂ ਪੱਥਰ ਬਣ ਗਿਆ, ਸਮਾਂ ਸਥਾਨ ਸਭ ਕੁਝ ਭੁੱਲ ਗਿਆ,
ਹਰੀਦਾਸ ਨੇ ਸਮਾਪਤੀ ਕੀਤੀ, ਪਤਾ ਨਹੀਂ ਲੱਗਣ ਦਿੱਤਾ, ਪਿੱਛੇ ਖਲੋ ਕੇ ਸੁਣੀ ਗਏ, ਵਾਪਸ ਆਏ। ਅਕਬਰ ਨੇ ਕਿਹਾ, ਤਾਨਸੈਨ ਸੱਚੀ ਮੁੱਚੀ ਇੱਥੇ ਆ ਕੇ ਸੰਗੀਤ ਖਤਮ ਹੋ ਗਿਆ? ਤਾਨਸੈਨ ਨੇ ਕਿਹਾ, ਹਾਂ, ਪਰ ਕਹਿੰਦਾ ਮੇਰੇ ਮਨ 'ਚ ਇੱਕ ਸਵਾਲ ਹੈ, ਤੂੰ ਵੀ ਗਾਇਆ, ਤੇਰੇ ਗੁਰੂ ਨੇ ਵੀ ਗਾਇਆ, ਪਰ ਤੇਰੇ ਗਾਉਣ 'ਚ ਚੰਚਲਤਾ ਹੀ ਸੀ, ਇਹਦੇ ਗਾਉਣ ਨੇ ਮੇਰੇ ਅੰਦਰ ਨੂੰ ਟਿਕਾ ਦਿੱਤਾ, ਤੈਨੂੰ ਸੁਣਿਆ ਅਤੇ ਮੈਨੂੰ ਸਿਰਫ ਅਤੇ ਸਿਰਫ ਬੋਧਕ ਤਲ ਅਤੇ ਸੁਰਾਂ ਦੀਆਂ ਤਰੰਗਾਂ ਦਾ ਅਸਰ ਹੋ ਰਿਹਾ ਸੀ, ਇਹਨੂੰ ਸੁਣਿਆ ਮੇਰਾ ਅੰਦਰ ਟਿਕ ਗਿਆ। ਉਹਨੇ ਬੜੀ ਇਮਾਨਦਾਰੀ ਨੂੰ ਉੱਤਰ ਦਿੱਤਾ, ਕਹਿਣ ਲੱਗਾ, ਜਾਂ ਪਨਾ ਮੈਂ ਗਾਉਂਦਾ ਜ਼ਰੂਰ ਹਾਂ, ਪਰ ਮੇਰੀ ਸੁਰਤ ਤੇਰੇ ਹੱਥ ਵੱਲ ਹੁੰਦੀ ਹੈ, ਤੂੰ ਇਨਾਮ ਕੀ ਦੇਵੇਂਗਾ? ਮੈਂ ਤੇਰੇ ਵਾਸਤੇ ਗਾਉਂਦਾ, ਮੇਰਾ ਗੁਰੂ ਰੱਬ ਵਾਸਤੇ ਗਾਉਂਦਾ, ਪਰਮਾਤਮਾ ਵਾਸਤੇ ਗਾਉਂਦਾ। ਗੁਰੂ ਜੀ ਕਹਿੰਦੇ ਆ, ਤੂੰ ਪੜ੍ਹ ਗ੍ਰੰਥ, ਤੂੰ ਰੱਜ ਕੇ ਕਥਾ ਕਰ, ਪਰ ਅਰਦਾਸ ਕਰ, ਪ੍ਰੇਮਾ ਭਗਤੀ ਪੈਦਾ ਹੋ ਜਾਏ। ਤੈ ਨਰ ਗਾਏ ਬੋ ਸੁਣਾਏ ਬੋ ਬਜਾਏ ਬੋ ਨਾ ਤਸੂ ਕੈਸੇ ਗੁਰ ਉਪਦੇਸ਼ ਬਿਨ ਤ੍ਰਿਗ ਚਤੁਰਾਈ ਕੇ। ਭਾਈ ਸਾਹਿਬ ਦੀ ਗੱਲ ਕਰ ਰਹੇ ਸਾਂ, ਮਹਾਰਾਜ ਕਹਿੰਦੇ ਆ, ਤੈ ਨਰ ਕਿਆ ਪੁਰਾਣ ਸੁਣ ਕੀ ਨਾ, ਅਨ ਪਾਵਨੀ ਭਗਤ ਨਹੀਂ ਉਪਜੀ। ਤੇਰੇ ਅੰਦਰ ਪ੍ਰੇਮਾ ਭਗਤੀ ਜਿਹੜੀ ਕਦੀ ਨਾਸ਼ ਨਹੀਂ ਹੋਣੀ। ਗੁਰਮੁਖੋ ਫਿਰ ਇਸ ਬੇਨਤੀ ਨੂੰ ਸੁਣਿਓ, ਮੈਂ ਆਰੰਭ 'ਚ ਕਿਹਾ ਜੋ ਮੈਂ ਬੋਲ ਰਿਹਾ ਇੱਕ ਦਿਨ ਇਹ ਖਤਮ ਹੋ ਜਾਣਗੇ ਨਾ, ਇਹ ਮੁੱਟ ਜਾਣਗੇ, ਵਜੂਦ ਮੁੱਕ ਜੂਗਾ, ਪਰ ਸੱਚ ਇਹ ਵੀ ਬੰਦਗੀ ਕਦੀ ਵੀ ਮਰਦੀ ਨਹੀਂ ਹੁੰਦੀ। ਬੰਦੇ ਦਾ ਭੋਗ ਪੈ ਸਕਦਾ ਵਜੂਦ ਦਾ, ਪਰ ਬੰਦਗੀ ਤਾਂ ਭੋਗ ਤੋਂ ਬਾਅਦ ਵੀ ਨਾਲ ਚੱਲਦੀ ਹੈ। ਆ ਮਹਾਰਾਜ ਦਾ ਬਚਨ ਜੇ ਆਪਾਂ ਸੰਗਤ 'ਚ ਬੈਠੇ, ਮੈਂ ਅਕਸਰ ਕਿਹਾ, ਕਿਉਂਕਿ ਅੱਜ ਸੰਗਤ, ਉੱਦਣ ਮੈਂ ਕਿਹਾ ਸੰਗਤ ਬਣਾਤੀ ਸੀ ਸੈਮੀਨਾਰ, ਹਾਂਜੀ ਅੱਜ ਕੱਲ੍ਹ ਹੋ ਗਿਆ ਉਹ ਸੰਗਤ ਪਿਆਰਿਓ, ਕਥਾ ਕੀਰਤਨ ਜੇ ਗੁਰਦੁਆਰੇ ਸੱਚੀ ਲੋਕ ਕਮਿਊਨਿਟੀ ਸੈਂਟਰ ਨਾ ਬਣਾਈਏ, ਗੁਰਦੁਆਰੇ ਪ੍ਰੇਮਾ ਭਗਤੀ ਦੇ ਕੇਂਦਰ ਨੇ। ਇਸ ਕਰਕੇ ਕੋਈ ਮਰ ਗਿਆ ਤਾਂ ਭੋਗ ਲਈ ਗੁਰਦੁਆਰੇ, ਜੇ ਵਿਆਹ ਹੋ ਗਿਆ ਤਾਂ ਗੁਰਦੁਆਰੇ, ਉਹ ਨਹੀਂ। ਇੱਕ ਦੂਜੀ ਗੱਲ ਮੈਂ ਕੌੜਾ ਸੱਚ ਕਹਿਣ ਲੱਗਾ, ਗੁਰਦੁਆਰੇ ਕਿਤੇ ਵੀ ਹੋਵੇ, ਕਦੇ ਵੀ ਗੁਰਦੁਆਰਿਆਂ ਦੀ ਸੰਗਤ ਨਾ ਘਟਣ ਦਿਓ। ਜਿੱਦਣ ਗੁਰਦੁਆਰੇ ਖਾਲੀ ਹੋ ਗਏ, ਚੇਤੇ ਰੱਖਿਓ, ਉਦਣ ਆਪਾਂ ਪੰਥਲੋਂ ਖਾਲੀ ਹੋ ਜਾਣਾ। ਗੁਰਦੁਆਰੇ ਸਾਡਾ, ਸੰਗਤ ਸਾਡਾ ਪਹਿਲੀ ਬਖਸ਼ਿਸ਼ ਹੈ। ਅਤੇ ਹੁਣ ਐਸਤਾ ਖਿਮਾ ਕਰ ਦਿਓ ਵੀ ਆਪਾਂ ਵੀ ਬੈਠੇ ਹਾਂ, ਮੈਂ ਕਲਪ ਨਹੀਂ ਰਿਹਾ ਵੀ ਕਿੰਨੀ ਕੁ ਗਿਣਤੀ ਸਾਡੇ ਬੱਚਿਆਂ ਦੀ ਜੀ। ਆਪਾਂ ਕਹਾਂਗੇ ਜੀ ਸ਼ਬਦ ਨਹੀਂ ਸਮਝ ਪੈਂਦੇ। ਮੈਂ ਤੁਹਾਨੂੰ ਸੱਚੀ ਦੱਸਾਂ, ਜੇ ਮਨ ਨਾ ਮੰਨਦਾ ਹੋਵੇ, ਭਾਵੇਂ ਉਹਨਾਂ ਦੀ ਬੋਲੀ ਵਿੱਚ ਬੋਲੀ ਜਾਓ, ਤਾਂ ਵੀ ਸਮਝ ਕੋਈ ਨਹੀਂ ਪੈਂਦਾ। ਮਨ 'ਚ ਚਾਹ ਹੋਵੇ ਨਾ, ਸ਼ਬਦ ਨਾ ਵੀ ਸਮਝ ਪਏ ਤਾਂ ਭਾਈ ਸਾਹਿਬ ਕੀਰਤਨ ਕਰਨ। ਕੀਰਤਨ ਕਰਨ ਵਾਲੇ ਦਾ ਜੀਵਨ ਨਾ ਸਮਝ ਪੈਣ ਤੋਂ ਬਾਅਦ ਵੀ ਅਸਰ ਕਰੀ ਜਾਂਦਾ ਹੈ, ਕਿਉਂਕਿ ਸ਼ਬਦ ਦੀ ਤਸੀਰ ਐਸੀ ਹੈ ਜੀ। ਪ੍ਰੇਮਾ ਭਗਤੀ, ਮਹਾਰਾਜ ਕਹਿੰਦੇ ਤੂੰ ਪੜ੍ਹ, ਪਰ ਪ੍ਰੇਮਾ ਭਗਤੀ, ਤੈ ਨਰ ਕਿਆ ਪੁਰਾਣ ਸੁਣ ਕੀ ਨਾ, ਅਨ ਪਾਵਨੀ ਭਗਤ ਨਹੀਂ ਉਪਜੀ। ਮੈਂ ਅਰਜ਼ ਕਰ ਰਿਹਾ, ਜਿਹੜਾ ਆਪ ਜੀ ਮੰਨ ਲਓ ਸੰਗਤ ਸਤਨਾਮੀ ਕਿਹਾ, ਵਾਹਿਗੁਰੂ ਕਹਿ ਲਿਆ, ਇੱਕ ਸ਼ਬਦ ਪੜ੍ਹ ਲਿਆ, ਸੱਚ ਏ ਜੇ ਇਹ ਰੱਬ ਕਦੀ ਵੀ ਵਿਅਰਥ ਨਹੀਂ ਜਾਣ ਦਏਗਾ। ਤਾਂ ਮੈਂ ਕਿਹਾ ਵੀ ਭਗਤ ਅਨ ਪਾਵਨੀ ਭਗਤ, ਜਿਹਨੇ ਨਾਸ਼ ਹੀ ਨਹੀਂ ਹੋਣਾ। ਹੁਣ ਸਲੋਕ ਪੜ੍ਹਨੇ ਸੀ ਸਾਰੇ, ਮਹਾਰਾਜ ਦਾ ਇੱਕ ਬਚਨ ਹੈ, ਨਿਜ ਕਰ ਦੇਖਿਓ ਜਗਤ ਮੈਂ, ਗੁਰੂ ਤੇਗ ਬਹਾਦਰ ਸਾਹਿਬ, ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ। ਬੜੇ ਸੌਖੇ ਨੇ, ਕਹਿੰਦੇ ਮੈਂ ਦੁਨੀਆਂ ਨੂੰ ਨੇੜੇ ਹੋ ਕੇ ਦੇਖਿਆ, ਕੋਈ ਕਿਸੇ ਦਾ ਨਹੀਂ ਹੈ ਜੀ ਕੋਈ। ਕਹਿਣ ਲੱਗੇ ਇੱਕ ਅਵਿਨਾਸ਼ੀ ਭਗਤੀ ਹੈ, ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀਂ, ਨਾਨਕ ਥਿਰ ਹਰ
ਭਗਤ ਹੈ, ਹਰੀ ਕੀ ਭਗਤੀ ਅਨ ਪਾਵਨੀ ਭਗਤ ਨਹੀਂ ਉਪਜੀ। ਨਾਨਕ ਤਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਜਦੋਂ ਅਸੀਂ ਸਾਰੇ ਚਲੋ ਇਹ ਪਾਠ ਜਾਣਦੇ ਹਾਂ, ਇਹ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਤਿਰ ਕੱਚ ਨਹੀਂ ਸੁਪਨੇ ਜਿਉ ਸੰਸਾਰ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਉਪਜੋ ਸੋ ਬਿਨਸ ਕਹਿ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਪੜ੍ਹਦਿਆਂ ਪੜ੍ਹਦਿਆਂ ਸਭ ਕੋਈ ਬਿਨਸਣ ਵਾਲਾ ਨਾ, ਨਹੀਂ ਨਹੀਂ ਭਗਤੀ ਨਹੀਂ ਜਾਂਦੀ। ਮਹਾਰਾਜ ਕਹਿੰਦੇ ਨਾਮ ਰਹਿਓ ਆ ਹੈ, ਆ ਸ਼ਬਦ ਗੁਰਮੁਖੀ 'ਚ ਨੇ, ਗੁਰਮੁਖੀ ਹੈ ਨਾ, ਮੈਂ ਹਰ ਥਾਂ ਕਹਿ ਰਿਹਾ। ਪਰ ਪਿਆਰਿਓ ਜਪਜੀ ਸਾਹਿਬ ਗੁਰਮੁਖੀ ਵਿੱਚ ਹੈ, ਇਹ ਸਾਡੀ ਇੱਕ ਇਲਾਕੇ ਦੀ ਬੋਲੀ ਵੀ ਹੋ ਸਕਦੀ ਹੈ, ਪਰ ਇਸ ਬੋਲੀ ਵਿੱਚ ਜਿਹੜਾ ਗੁਰੂ ਨਾਨਕ ਦਾ ਆਪਾ ਪਿਆ ਹੈ ਨਾ, ਉਸ ਆਪੇ ਨੂੰ ਮੌਤ ਵੀ ਕਦੀ ਨਹੀਂ ਮਾਰ ਸਕਦੀ। ਮਹਾਰਾਜ ਜੀ ਨੇ ਫਰਮਾਇਆ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਹਨੇ ਜਪਿਆ, ਫਿਰ ਜਿਹਨੇ ਜਪਿਆ ਰਾਮ ਨਾਮ ਉਰਮਹਿ ਗਇਓ, ਪਹਿਲਾਂ ਸਭ ਕੁਝ ਦੱਸੀ ਗਿਆ, ਜੋ ਉਪਜੋ ਸੋ ਬਿਣਸੈ ਰਾਮ ਗਇਓ ਰਾਵਣ ਗਇਓ। ਇੱਥੇ ਕਹਿਣ ਲੱਗੇ ਰਾਮ ਨਾਮ ਉਰਮੈ ਗਇਓ ਜਾ ਕੇ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਆਰੋ ਹੋਏ। ਭਗਤੀ ਨਹੀਂ ਕਦੀ ਖਤਮ ਹੁੰਦੀ, ਭਗਤੀ ਸਿਮਰਨ ਆਤਮਾ ਦਾ ਕਵਚ ਹੈ, ਅਤੇ ਖਾਸ ਕਰਕੇ ਪ੍ਰੇਮਾ ਭਗਤੀ। ਇੱਕ ਉਦਾਹਰਨ ਸਿਰਫ ਦੇ ਕੇ ਮੈਂ ਯਤਨ ਕਰਨਾ ਸਮਾਪਤੀ ਕਰਾਂ, ਸਵੇਰੇ ਆਪਣੇ ਕੋਲ ਸਵਾ ਘੰਟਾ ਹੈਗਾ, ਸ਼ਬਦ ਵੀ ਆਪਾਂ ਪੂਰਾ ਕਰ ਲਾਂਗੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨਾਲ ਹੀ ਸੰਬੰਧਿਤ ਹੈ ਪ੍ਰੇਮਾ ਭਗਤੀ ਕੀ ਹੈ। ਹੁਣ ਤਾਂ ਚਲੋ ਫੋਨ ਨੇ, ਆਪਾਂ ਫੋਨ ਕਰ ਲੈਂਦੇ ਹਾਂ, ਮੈਸੇਜ ਕਰ ਲੈਂਦੇ ਹਾਂ। ਪੁਰਾਣੇ ਸਮੇਂ ਚਿੱਠੀਆਂ ਸਨ, ਤਾਰਾਂ ਪਾਈਆਂ ਨੇ। ਪਿਆਰਿਓ ਜਿਹੜੀ ਪ੍ਰੇਮ ਦੀ ਖਿੱਚ ਹੈ ਨਾ, ਉਹਦੇ ਸਾਹਮਣੇ ਆ ਫੋਨ ਵਾਲੀਆਂ ਤਰੰਗਾਂ ਵੀ ਕੁਝ ਨਹੀਂ ਜੇ, ਉਹ ਤਾਂ ਡਾਇਲ ਹੀ ਨਹੀਂ ਕੁਝ ਕਰਨਾ ਪੈਂਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਕੱਲ੍ਹ ਉੱਤਰਾਂਚਲ ਵਿੱਚ ਹੈ, ਪਹਿਲਾਂ ਯੂਪੀ ਵਿੱਚ ਸੀ। ਮੈਂ ਪਿਛਲੇ ਦਿਨੀ ਅਲਸਬਰਾਂ ਟੀ ਵੀ ਅਰਜ਼ ਕੀਤੀ, ਗੁਰੂ ਨਾਨਕ ਸਾਹਿਬ ਨਾਨਕ ਮਤੇ ਗਏ। ਉਹ ਉਸੇ ਉਦਾਸੀ ਵਿੱਚ ਮਹਾਰਾਜ ਨਾਨਕਪੁਰੀ ਟਾਂਡੇ ਗਏ, ਉੱਥੇ ਨਾਨਕਪੁਰੀ ਟਾਂਡਾ ਵੀ ਹੈ ਨਾ, ਪਹਿਲਾ ਪੈਰਾ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਉੱਥੇ ਉਸੇ ਸਮੇਂ ਮਹਾਰਾਜ ਰੀਠੇ ਮਿੱਠੇ ਕੀਤੇ। ਸਤਿਗੁਰੂ ਜਦੋਂ ਨਾਨਕ ਮਤੇ ਗਏ, ਅਤੇ ਕਿਉਂਕਿ ਮੈਂ ਕਹਿੰਦਾ ਥਾਂ ਜਾ ਕੇ ਵੇਖੀ ਹੋਵੇ, ਆਪ ਜੀ ਨੇ ਦੇਖੇ ਸੱਜਣ ਬੈਠੇ ਆ, ਉੱਥੇ ਗੁਰੂ ਸਾਹਿਬ ਨੂੰ ਧੂਣੀ ਨਹੀਂ ਸੀ ਬਾਲਣ ਦਿੱਤੀ ਸਿੱਧਾਂ ਨੇ, ਕਿਉਂਕਿ ਉਹਨਾਂ ਵਾਸਤੇ ਧੂਣੀ ਬੜਪੁਣੀ ਬੜਾ ਇੱਜ਼ਤ ਦਾ ਸੀ। ਅਤੇ ਬਾਅਦ 'ਚ ਇੱਕ ਸ਼ਿਕਾਰੀ ਆਇਆ, ਉਹਨੇ ਮਹਾਰਾਜ ਨੂੰ ਅੱਗ ਦਿੱਤੀ, ਧੂਣੀ ਬਲ ਗਈ। ਉੱਥੇ ਉਹ ਥਾਂ ਵੀ ਹੈ ਜਿੱਥੇ ਸਿੱਧਾਂ ਨੇ ਨਿਆਣਾ ਡੱਕਿਆ ਸੀ। ਉਹਨਾਂ ਕਿਹਾ ਜੀ ਤੁਸੀਂ ਵੀ ਆ ਗਏ ਹੋ, ਅਤੇ ਧਰਤੀ ਬੋਲ ਕੇ ਦੱਸੇਗੀ ਇਹ ਗੋਰਖ ਮਤਾ ਹੈ ਕਿ ਨਾਨਕ ਮਤਾ ਹੈ। ਉਹਨਾਂ ਨੇ ਨਿਆਣਾ ਦੱਬ ਦਿੱਤਾ, ਇਹ ਵਾਹਿਗੁਰੂ ਜਿਵੇਂ ਛੱਤ ਪਾ ਦਿੱਤੀ ਨਾ ਉੱਤੇ, ਇਹ ਪੱਟ ਕੇ ਟੋਇਆ। ਉਹ ਜਦੋਂ ਬੋਲਿਆ ਕਿ ਨਿਆਣੇ ਦੀ ਆਵਾਜ਼ ਬਰੀਕ ਸੀ, ਧਰਤੀ ਤੂੰ ਕੌਣ, ਉਹਨੇ ਕਿਹਾ ਜੀ ਗੋਰਖ ਮਤਾ ਗੋਰਖ ਮਤਾ, ਅਤੇ ਸ਼ਰਤ ਇਹ ਸੀ ਵੀ ਤਿੰਨ ਵਾਰੀ ਬੋਲੇ ਤਾਂ, ਉਹ ਦੋ ਵਾਰੀ ਤਾਂ ਬੋਲ ਗਿਆ ਗੋਰਖ ਮਤਾ ਗੋਰਖ ਮਤਾ, ਉਹ ਤੀਜੀ ਵਾਰੀ ਉਹਦਾ ਸਾਹ ਗੁੰਮ ਹੋ ਗਿਆ। ਮਹਾਰਾਜ ਮੁਸਕਰਾ ਪਏ, ਪਰ ਇਤਿਹਾਸ ਕਹਿੰਦਾ ਹੈ ਸੱਚੀ ਮੁੱਚੀ ਉੱਥੇ ਬ੍ਰਹਿਮੰਡ ਗੂੰਜਿਆ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ। ਭਾਈ ਸਾਹਿਬ ਨੇ ਲਿਖਿਆ ਸਿੱਧ ਆਸਨ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਵਾ। ਭਾਈ ਸਾਹਿਬ ਨੇ ਲਿਖਿਆ
ਆਵਾਜ਼ ਆਈ ਨਾਨਕ ਮਤਾ ਨਾਨਕ ਮਤਾ। ਸਿੱਧ ਖਿੱਚ ਗਏ, ਉਹਨਾਂ ਨੇ ਪਿੱਪਲ ਉਡਾ ਦਿੱਤਾ ਜੀ। ਤੁਹਾਂ ਦੇਖਿਆ ਹੋਣਾ ਉਹ ਅਸਲ 'ਚ ਪਿੱਪਲ ਕਈ ਫੁੱਟ ਉੱਪਰ ਉੱਡਿਆ। ਮੈਂ ਗੁਰੂ ਸਾਹਿਬ ਦੇ ਭੈ 'ਚ ਕਹਿ ਰਿਹਾ, ਇਹਨਾਂ ਘਟਨਾਵਾਂ ਨੂੰ ਖੰਡਨ ਨਾ ਕਰੋ, ਇਹ ਗੁਰੂ ਦੀ ਆਪਣੀ ਮੌਜ ਹੈ, ਗੁਰੂ ਸਮਰੱਥ ਹੈ। ਉਹ ਮੈਂ ਫਿਰ ਉੱਥੇ ਆ ਕਹਾਂਗਾ ਪ੍ਰੇਮਾ ਭਗਤੀ ਕੀ ਹੈ। ਉਹ ਉੱਡਣ ਲੱਗਾ, ਮਹਾਰਾਜ ਜੀ ਨੇ ਰੋਕ ਦਿੱਤਾ ਜੀ ਪਿੱਪਲ। ਉਹ ਪਿੱਪਲ ਸਦੀਆਂ ਤੱਕ ਜ਼ਮੀਨ ਤੋਂ ਉੱਪਰ ਉੱਠ ਰਿਹਾ, ਹੁਣ ਉਹਦੇ ਥੱਲੇ ਇੱਟਾਂ ਲਾ ਦਿੱਤੀਆਂ, ਡਿੱਗ ਨਹੀਂ ਸੀ ਰਿਹਾ ਕਿਉਂਕਿ ਸੰਗਤ ਜੇ ਵੱਧ ਗਈ ਅਤੇ ਉਹ ਪਿੱਪਲ ਜਿਹੜਾ ਉੱਪਰ ਉੱਠੇ ਹੋਏ ਨੂੰ ਨਹੀਂ ਗਿਆ ਪਿੱਪਲ। ਇੱਥੇ ਫਿਰ ਕੀ ਹੋਇਆ ਜੀ, ਮਹਾਰਾਜ ਆ ਗਏ, ਇਹ ਕੰਨ ਪਾਟੇ ਜੋਗੀ ਖਾਰ ਗਏ। ਫਿਰ ਇੱਥੇ ਸਤਿਗੁਰਾਂ ਨੇ ਚਾਰ ਧੂਣੇ ਥਾਪੇ ਸਨ। ਆਪ ਜੀ ਨੂੰ ਪਤਾ ਹੋਣਾ ਬਾਬਾ ਸ਼੍ਰੀ ਚੰਦ ਜੀ, ਬਾਬਾ ਸ਼੍ਰੀ ਚੰਦ ਤੋਂ ਬਾਅਦ ਬਾਬਾ ਗੁਰਦਿੱਤਾ ਜੀ, ਫਿਰ ਚਾਰ ਧੂਣੇ, ਚਾਰੇ ਦੇ ਚਾਰੇ ਧੂਣੇ ਕਸ਼ਮੀਰ ਦੇ ਵਸਨੀਕ ਨੇ, ਬਾਲੂ ਹਸਨਾ, ਗੋਇੰਦਾ, ਅਲਮਸਤ ਆਦਿਕ। ਹੁਣ ਜਿਹੜੇ ਭਾਈ ਅਲਮਸਤ ਸਨ ਨਾ, ਅਸਲ 'ਚ ਇਹਨਾਂ ਨਾਮ ਸੀ ਆਲੂ। ਇਹ ਇੰਨੇ ਕੋਈ ਭਗਤੀ ਸਨ ਜੀ, ਇਹਨਾਂ ਨੂੰ ਸਾਰੇ ਅਲਮਸਤ ਹੀ ਕਹਿੰਦੇ। ਸਿਮਰਨ ਕਰਦਿਆਂ ਪੁੱਛੋ ਕੋਈ ਨਾ ਜੀ, ਬੰਦਗੀ ਜੁੜੀ ਰੂਹ। ਇਹ ਫਿਰ ਉੱਥੇ ਚਲੇ ਗਏ, ਇਹਨਾਂ ਨੇ ਜੀ ਉਸ ਥਾਂ ਦੀ ਸੇਵਾ ਸ਼ੁਰੂ ਕਰ ਦਿੱਤੀ। ਹੁਣ ਤਾਂ ਬੜਾ ਡਰ ਲੱਗਦਾ, ਜਿੱਥੇ ਬਾਬਾ ਜੀ ਬੈਠੇ ਜੇ ਉੱਥੇ ਪੋਚਾ ਹੀ ਮਾਰ ਦਿਓ, ਅਗਲਾ ਕਹਿਣਾ ਮਨਮਾਤੇ ਬਾਬੇ ਨੂੰ ਬਾਹਰ ਕੱਢੋ। ਉੱਥੇ ਪ੍ਰਕਾਸ਼ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਦਾ ਉਦੋਂ। ਉਸ ਥਾਂ 'ਤੇ ਉਹ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਭਾ, ਕਿਉਂਕਿ ਉਸ ਥਾਂ ਦੇ ਵਿੱਚ ਵੀ ਬਰਕਤ ਸੀ। ਆਪਾਂ ਤਾਂ ਥਾਂ ਪੱਟ ਦਿੱਤੀ, ਉਹ ਜਿੱਦਣ ਦੀਆਂ ਥਾਵਾਂ ਪੱਟ ਕੇ ਪੱਥਰ ਲਾਏ, ਅੰਦਰ ਵੀ ਜ਼ਿਆਦਾ ਪੱਥਰ ਹੀ ਬਣੀ ਜਾਂਦੇ ਆ। ਜਿੱਥੇ ਗੁਰੂ ਦੇ ਚਰਨ ਪੈ ਗਏ, ਇੱਦੂ ਵੱਡੀ ਦੁਨੀਆ ਭਰ ਦੇ ਹੀਰੇ ਮੜਦੇ ਹੋਏ, ਜਿੱਥੇ ਮੇਰੇ ਬਾਬੇ ਦੇ ਚਰਨ ਪੈ ਜਾਣ, ਉਸ ਧਰਤੀ ਦੇ ਉੱਤੇ ਕੋਈ ਵੀ ਬੇਸ਼ਕੀਮਤੀ ਚੀਜ਼ ਦਾ ਮੁਕਾਬਲਾ ਨਹੀਂ ਕਰ ਸਕਦੀ। ਉੱਥੇ ਉਹ ਬਹਿ ਗਿਆ। ਫਿਰ ਉੱਥੇ ਕੰਨ ਪਾਟੇ ਜੋਗੀ ਆਏ, ਚਰਚਾ ਹੋਈ। ਉਹਨਾਂ ਕਿਹਾ ਥਾਂ ਤੂੰ ਚਲਾ ਜਾ ਤੂੰ। ਉਹਨੇ ਕਿਹਾ ਥਾਂ ਮੇਰੇ ਸਤਿਗੁਰੂ ਮੇਰੇ ਮੁਰਸ਼ਦ ਦਾ ਹੈ। ਬਾਬਾ ਅਲਮਤ ਜੀ ਕਹਿੰਦੇ ਨੇ ਉਦਾਸੀ ਧੂਣਾ ਲਾਉਂਦੇ ਸਨ, ਇਹ ਮੇਰੇ ਮੁਰਸ਼ਦ ਦਾ ਥਾਂ ਹੈ, ਮੇਰੇ ਸਤਿਗੁਰਾਂ ਦਾ। ਉਹਨਾਂ ਨੇ ਕਿਹਾ ਤੇਰੇ ਕੋਲ ਕੀ ਕਹਿੰਦਾ ਪਿੱਪਲ? ਉਹਨਾਂ ਨਾਲੇ ਤਾਂ ਭਾਈ ਅਲਮਸਤ ਨੂੰ ਮਾਰਿਆ ਕੁੱਟਿਆ। ਉਹਨਾਂ ਕਿਹਾ ਪਿੱਪਲ ਦਿਖਾਉਂਦੇ ਹੋ ਬਾਬੇ ਦੀ? ਉਹਨਾਂ ਪਿੱਪਲ ਨੂੰ ਅੱਗ ਲਾ ਦਿੱਤੀ, ਪਿੱਪਲ ਸਾੜ ਦਿੱਤਾ ਜੀ। ਇੱਧਰ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਸਨ, ਪ੍ਰੇਮਾ ਭਗਤੀ ਦੀ ਮੈਂ ਗੱਲ ਕਰ ਰਿਹਾ। ਅਲਮਸਤ ਭਾਈ ਜੀ ਨੂੰ, ਭਾਈ ਸਾਹਿਬ ਨੂੰ ਸੱਚੀ ਮੁੱਚੀ ਉਹਨਾਂ ਨੇ ਅਪਮਾਨਿਤ ਕੀਤਾ, ਮਾਰਿਆ ਕੁੱਟਿਆ। ਉਹਨੇ ਸੜਦਾ ਹੋਇਆ ਪਿੱਪਲ ਦੇਖਿਆ, ਸ਼ਰਧਾ 'ਚ ਭਿੱਜੇ 'ਚ ਅੰਦਰੋਂ ਖੂਕ ਨਿਕਲੀ, ਹੇ ਸਤਿਗੁਰੂ ਮੀਰੀ ਪੀਰੀ ਦੇ ਮਾਲਕਾ, ਦੂਰ ਬੜਾ ਬੈਠਾ ਵਾਂ, ਮੈਨੂੰ ਆਪਣੀ ਕੁਛ ਨਹੀਂ, ਕਿਸੇ ਨੇ ਮਾਰ ਦਿੱਤਾ, ਅਪਮਾਨ ਕਰ ਦਿੱਤਾ, ਆ ਬਾਬੇ ਦੀ ਨਿਸ਼ਾਨੀ ਹੈ, ਇਹ ਅੱਜ ਅੱਗ ਲਾ ਕੇ ਫੂਕ ਦਿੱਤਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਫਿਰ ਨਾਨਕ ਮਤੇ ਗਏ। ਉਂਝ ਸਤਿਗੁਰਾਂ ਦਾ ਅਸਥਾਨ ਇੱਕ ਹੈ, ਨਾਨਕ ਮਤੇ ਤੋਂ ਦੂਰ ਥੋੜ੍ਹਾ ਜਿਹਾ। ਮੈਂ ਕਹਿੰਦਾ ਸਾਨੂੰ ਉਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਨੇ। ਸਤਿਗੁਰਾਂ ਨੇ ਆਪਣਾ ਘੋੜਾ ਅਤੇ ਚਰਨਾਂ ਦਾ ਜੋੜਾ ਘੋੜਾ ਪਿੱਛੇ ਬੰਨ੍ਹ ਦਿੱਤਾ, 3-4 ਮੀਲ 'ਤੇ ਮੇਰਾ ਖਿਆਲ ਥਾਂ, ਅਤੇ ਜੋੜਾ ਵੀ ਲਾ ਦਿੱਤਾ। ਕਿਉਂ ਜੀ? ਕਹਿਣ ਲੱਗੇ ਵੱਡੇ ਸਤਿਗੁਰਾਂ ਦਾ ਸਥਾਨ ਹੈ, ਨਾ ਜੋੜਾ ਪਾ ਕੇ ਜਾਣਾ, ਨਾ ਘੋੜੇ 'ਤੇ ਚੜ੍ਹ ਕੇ ਜਾਣਾ ਹੈ, ਉਹ ਥਾਂ ਵੱਖਰਾ। ਜਦੋਂ ਮਹਾਰਾਜ ਗਏ ਤੇ ਅਲਮਸਤ ਬੈਠਾ ਸੀ ਜੀ, ਉਹਨੇ ਕੁਝ ਨਹੀਂ ਖਾਧਾ ਪੀਤਾ ਉਹ ਦਿਨ, ਸਿਰਫ ਪ੍ਰੇਮ 'ਚ ਭਿੱਜਾ ਗਾ ਰਿਹਾ ਸੀ, ਸਤਿਗੁਰੂ ਤੁਸੀਂ ਮਿਹਰ ਕਰੋ,
ਤੁਸੀਂ ਬਖਸ਼ ਇੰਨੀ ਕੁ ਤਾਰ ਜੁੜੀ ਗੁਰਮੁਖੋ ਰੋਟੀ ਭੁੱਖ ਪਿਆਸ ਵੀ ਤਾਂ ਤਨ ਵੱਲ ਸੁਰਤ ਜਾਏ ਤੰਗ ਕਰਦੀ ਹੈ ਤੰਗ ਜੇ ਤਨ 'ਚ ਸੁਰਤ ਹੀ ਕੋਈ ਨਹੀਂ ਤਾਂ ਪਿਆਸ ਭੁੱਖ ਕਿੱਥੇ ਲੱਗਣੀ ਉਹ ਬੇਨਤੀ ਕਰ ਰਿਹਾ ਸੱਚੀ ਮੁੱਚੀ ਸਤਿਗੁਰੂ ਜਾ ਪਹੁੰਚੇ ਅਲਮਸਤ ਭਾਈ ਜੀ ਦੇ ਨੇਤਰ ਖੁੱਲ੍ਹੇ ਬੋਲਿਆ ਕੁਛ ਨਹੀਂ ਮਹਾਰਾਜ ਦੇ ਚਰਨਾਂ 'ਚ ਡਿੱਗ ਪਿਆ ਗੁਰੂ ਹਰਗੋਬਿੰਦ ਸਾਹਿਬ ਨੇ ਘੁੱਟ ਕੇ ਸੀਨੇ ਨਾਲ ਲਾਇਆ ਜਦੋਂ ਮਹਾਰਾਜ 'ਤੇ ਏਡਾ ਕੱਦ ਵੱਡਾ ਸੀ ਦੋ ਸ੍ਰੀ ਸਾਹਿਬਾਂ ਪਾਈਆਂ ਕਲਗੀ ਝੁੱਲੇ ਨਾਲ ਸਿੱਖ ਸੱਚੀ ਮੁੱਚੀਆਂ ਚਿੱਪੀਆਂ ਚੁੱਪੀਆਂ ਚੁੱਕ ਕੇ ਪਤਾ ਨਹੀਂ ਕਿੱਧਰ ਨਾਥ ਭੱਜ ਗਏ ਮਹਾਰਾਜ ਨੇ ਸੀਨੇ ਨਾਲ ਲਾਇਆ ਰੋ ਕੇ ਨਾ ਸਤਿਗੁਰੂ ਵੱਲ ਵੇਖ ਕੇ ਕਹਿੰਦਾ ਪਿੱਪਲ ਮੈਂ ਇੱਥੇ ਪਿੱਪਲ ਦੀ ਪੂਜਾ ਨਹੀਂ ਔਰ ਯਾਦ ਰੱਖਿਓ ਅਤੇ ਗੁਰੂ ਦੀ ਨਿਸ਼ਾਨੀ ਹੈ ਪਿੱਪਲ ਸੁਕਾ ਦਿੱਤਾ ਕਹਿੰਦੇ ਸਨ ਆਹ ਯਾਦਗਾਰ ਹੈ ਨਾ ਇਹ ਗਵਾਹੀ ਦਿੰਦੀ ਹੈ ਨਾਨਕ ਮਤੇ ਦੀ ਮਹਾਰਾਜ ਨੇ ਕਿਹਾ ਜਲ ਲਿਆ ਜਲ ਲੈ ਕੇ ਆਇਆ ਸਤਿਗੁਰਾਂ ਨੇ ਵਿੱਚ ਕੇਸਰ ਘੋਲਿਆ ਕੇਸਰ ਘੋਲ ਕੇ ਛਿੱਟੇ ਮਾਰੇ ਸੱਚ ਉਹ ਪਿੱਪਲ ਖਰਾ ਹੋ ਗਿਆ ਅੱਜ ਤੱਕ ਉਸ ਪਿੱਪਲ ਦੇ ਪੱਤਿਆਂ ਉੱਤੇ ਚਿੱਟੇ ਚਿੰਨ੍ਹ ਨੇ ਕੇਸਰ ਦੇ ਮੈਂ ਤਕਰੀਬਨ ਹਰ ਸਾਲ ਜਾਂਦਾ ਜੀ ਉੱਥੇ ਪਿੱਪਲ ਹੈ ਅੱਜ ਵੀ ਸਿਰ ਮੇਰੀ ਇੱਕ ਬੇਨਤੀ ਹੈ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਕਿੱਥੇ ਭਾਈ ਜੀ ਉਹ ਕਿਹੜੀ ਕਥਾ ਕਰ ਰਿਹਾ ਸੀ ਸਿਰਫ ਉਹਦੇ ਅੰਦਰ ਇੱਕ ਪ੍ਰੇਮਾ ਭਗਤੀ ਪੈਦਾ